ਜਦੋਂ ਮੈਂ ਫਸਟ ਟਾਈਮ ਰੱਬ ਦਾ ਰਿਡੀਓ ਕੀਤਾ ਸੀ ਜਿਹੜਾ ਫੋਨ ਦਾ ਸੈੱਟ ਹੁੰਦਾ ਨਾ ਇਹ ਲੱਗਦਾ ਕਿ ਵਿਆਹ ਦਾ ਮਾਹੌਲ ਆ ਇੰਨੀ ਚਹਿਲ ਪਹਿਲ ਐ ਦਾ ਇੰਨੀ ਚਹਿਲ ਪਹਿਲ ਐ ਐਨੇ ਲੋਕ ਦਲਜੀਤ ਉਹਨਾਂ ਨਾਲ ਅਨੇਮਰਤ ਕਿੰਨੀਆਂ ਮੂਵੀਜ਼ ਕੀਤੀਆਂ ਨੇ ਤੁਸੀਂ ਨੇ ਦਲਜੀਤ ਭਾਈ ਨਾਲ ਤਿੰਨ ਫਿਲਮਾਂ ਕਰ ਲਈਆਂ ਇੱਕ ਜੋੜੀ ਜੋੜੀ ਤੇ ਜੋਗੀ ਜੋਗੀ ਸ਼ੁਰੂਆਤ ਤਾਂ 10 ਸਾਲ ਹੋ ਚੁੱਕੇ ਨੇ ਜਦ ਮੈਂ 4-5 ਸਾਲਾਂ ਦਾ ਸੀਗਾ ਮੇਰੀ ਮਾਂ ਗਾਣਾ ਭੱਜੀ ਬਾਈ ਦਾ ਜਿਹੜੇ ਕ੍ਰਿਕਟਰ ਨੇ ਖਰਪਾ ਜਨਨ ਦਾ ਜਾਣਕਾਰੀ ਸੀ ਹਰਪਜ ਨੂੰ ਨਾਲ ਜਾਂ ਇੰਡਸਟਰੀ ਦੇ ਵਿੱਚ ਜਾਣਕਾਰੀ ਸੀ ਆਡੀਸ਼ਨ ਆਇਆ ਸੀ ਆਡੀਸ਼ਨ ਦਿੱਤਾ ਤੇ ਪਤਾ ਰੱਬ ਆਪ ਹੀ ਲੈ ਲੇਗਾ ਉਸਦਾ ਔਨ ਸਕਰੀਨ ਉਹਨਾਂ ਨੂੰ ਅਸੀਂ ਦੇਖਦੇ ਹਾਂ ਇੱਕ ਸਖਤ ਜਿਹਾ ਕਿਰਦਾਰ ਹਨ ਇੱਕ ਸਖਤ ਦਾਦੀ ਦਾ ਸਖਤ ਬੇਬੇ ਦਾ ਕਰਦਾ ਤਾਂ ਨਾਲ ਜਦ ਰੱਬ ਦਾ ਡੀਡ ਯੂ ਟਾਈਮ ਤੇ ਮਿਲੇ ਸੀ ਨਾ ਤਾਂ ਮਾਮ ਦੇ ਨਾਲ ਜਦ ਮੇਰਾ ਸੀਨ ਹੁੰਦਾ ਸੀ ਤਾਂ ਮਾਮ ਨੇ ਐਵੇਂ ਛੇਤੀ ਛੇਤੀ ਕਿਹਾ ਨਾ ਉਹ ਤੁਸੀਂ ਕਰਨਾ ਹੈ ਕਿ ਨਹੀਂ ਛੇਤੀ ਕਰੋ ਨਹੀਂ ਤਾਂ ਮੈਂ ਚੱਲ ਗਿਆ ਸਟਾਰ ਜਿਵੇਂ ਚਾਈਲਡ ਐਕਟਰ ਨਾਲ ਹੋ ਗਿਆ ਮੇਰਾ ਲਗਾ ਲੋ ਭਰਾ ਕਹਿ ਲੋ ਦੋਸਤ ਕਹਿ ਲੋ ਸਮੀਰ ਰਣੋਤ ਉਹਦੇ ਨਾਲ ਫਿਰ ਗੁੜੀ ਯਾਰੀ ਪੈ ਗਈ ਸਾਝ ਪੈ ਗਈ ਮਾ ਫਿਲਮ ਦੇ ਵਿੱਚ ਇਕੱਠੇ ਕੰਮ ਕੀਤਾ ਭਾਜੀ ਨੂੰ ਮਿਲੇ ਭਾਜੀ ਇੰਨੇ ਜ਼ਿਆਦਾ ਫ੍ਰੈਂਡਲੀ ਪਿਚਰਸ ਦੇ ਨੇ ਇੰਨੇ ਜ਼ਿਆਦਾ ਡਾਊਨ ਟੂ ਅਰਥ ਨੇ ਕਿ ਜੇ ਸਾਰੇ ਐਕਟਰ ਜਿੱਥੇ ਬੈਠੇ ਆ ਭਾਜੀ ਉੱਥੇ ਹੀ ਬਹਿਣਗੇ ਮਤਲਬ ਐਦਾਂ ਕੁਛ ਅਲੱਗ ਟ੍ਰੀਟਮੈਂਟ ਨਹੀਂ ਸਟਾਰ ਟ੍ਰੀਟਮੈਂਟ ਨਹੀਂ ਰੱਖਦੇ ਹੋ ਸਜਨ ਸਿੰਘ ਰੰਗਰੂਟ ਦੇ ਟਾਈਮ ਤੇ ਬਾਈਕ ਨੂੰ ਜਦ ਮਿਲਣਾ ਸੀ ਉਦੋਂ ਬਾਈ ਦਾ ਰਾਈジング 스타 ਵੀ ਚੰਦਰ ਅਸੀ ਵਿੱਚ ਸ਼ੋਟ ਦਾ ਸ਼ੂਟ ਤੋਂ ਬਾਅਦ ਸ਼ਾਇਦ ਬਾਈ ਉੱਥੇ ਵੀ ਜਾਂਦੇ ਸੀ ਚਾ ਮੁਲਾਕਾਤ ਨਹੀਂ ਸੀ ਹੋਈ ਮਿਲ ਮੁਲਾਕਾਤ ਨਹੀਂ ਮੁਲਾਕਾਤ ਹੋਈ ਸੀ ਫਿਰ ਜੋਗੀ ਤੇ ਜੋੜੀ ਦੇ ਟਾਈਮ ਤੇ ਭਾਗ ਤੁਸੀਂ ਵੀ ਬਹੁਤ ਸੋਹਣੀ ਮੰਨੀ ਇਹ ਮੈਨੂੰ ਥੋੜੀ ਥੋੜੀ ਉਹੀ ਲੱਗ ਰਿਹਾ ਕਿ ਦਲਜੀਤ ਉਹਨਾਂ ਨੇ ਜਿਸ ਤਰ੍ਹਾਂ ਕਈ ਮੂਵੀਜ਼ ਦੇ ਵਿੱਚ ਇਦਾਂ ਉਹਨਾਂ ਤੋਂ ਕੁਝ ਟਾਈਮ ਪਹਿਲਾਂ ਤਾਂ ਪੱਗਾਂ ਥੋੜੀ ਜਿਹੀ ਕਟਨੀਆ ਸ਼ੁਰੂ ਹੋ ਗਈ ਸੀ ਇੰਡਸਟਰੀ ਦੇ ਵਿੱਚੋਂ ਖਾਸ ਕਰਕੇ ਸਿੱਧੂ ਮੂਸੇ ਵਾਲਾ ਬਾਈ ਹੋ ਗਿਆ ਦਿਲਜੀਤ ਦਸਾਜ ਬਾਈ ਹੋ ਗਿਆ ترਸੀਮ ਦਸੜਬਾਈ ਹੋ ਗਏ ਐਵੇਂ ਦੇ ਐਕਟਰਸ ਨੂੰ ਦੇਖ ਕੇ ਇੱਕ ਇਨਸਪੀਰੇਸ਼ਨ ਖੜੀ ਹੁੰਦੀ ਹੈ ਕਿ ਬਾਈ ਪੱਗ ਦਾ ਨਾਮ ਕਿੱਥੇ ਇੰਨੀ ਉੱਚੀ ਲੈ ਕੇ ਗਏ ਨੇ ਆਪਾਂ ਵੀ ਲੈ ਕੇ ਜਾਣਾ ਵੱਡੇ ਹੋ ਕੇ ਸੁਪਨਾ ਕੀਆ ਮਤਲਬ ਐਕਟਿੰਗ ਲਾਈਨ ਹੀ ਆ ਸਿਰਫ ਇੱਕ ਆਪਣਾ ਗੋਲ ਕਲੀਅਰ ਹੈਗਾ ਜਾਂ ਕੁਝ ਹੋਰ ਵੀ ਬਣ ਸਕਦਾ ਕੁਝ ਹੋਰ ਵੀ ਕਰ ਸਕਦੇ ਮੀਨਲੀ ਮੇਰਾ ਇੱਕ ਆਹ ਸਭ ਤੋਂ ਪਹਿਲਾ ਸੁਪਨਾ ਹੈ ਮੈਂ ਇੱਕ ਚੰਗਾ ਇਨਸਾਨ ਬਣ ਨਰਸਿੰਘ ਜੀ ਤੁਹਾਡਾ ਪੋਤਾ ਵਰਿੰਦਰਪਾਲ ਸਿੰਘ ਜੀ ਤੁਹਾਡਾ ਮੁੰਡਾ ਪਰ ਜਦ ਅੱਜ ਕਹਿੰਦੇ ਆ ਨਾ ਕਿ ਨਿਮਰਤ ਪ੍ਰਤਾਪ ਸਿੰਘ ਦੇ ਫਾਦਰ ਨੇ ਤੁਸੀਂ ਵਾਹ ਅੱਜ ਨਿਮਰਤ ਪ੍ਰਤਾਪ ਸਿੰਘ ਦੇ ਦਾਦਾ ਜੀ ਤਾਂ ਉਹ ਜਿਹੜੀ ਇੱਕ ਅਲੱਗ એનર્ਜੀ ਹੁੰਦੀ ਹੈ ਨਾ ਉਹ ਸਤਿ ਸ਼ਕਾਲ ਪੰਜਾਬ ਪ੍ਰਥਮ ਪੌਡਕਾਸਟ ਦੇਖ ਰਹੇ ਹੋ ਮੈਂ ਸੰਸਾਰਦੀਪ ਸਿੰਘ ਆ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਿੱਥੇ ਵੱਡੇ ਵੱਡੇ ਲੈਜੈਂਡ ਡਾਕਟਰ ਆਪਣਾ ਕੰਮ ਵਾਕੂਬੀ ਕਰ ਰਹੇ ਨੇ ਉੱਥੇ ਹੀ ਉਹਨਾਂ ਲੈਜੈਂਡਸ ਤੋਂ ਇਨਸਪਾਇਰ ਹੋ ਕੇ ਕੁਝ ਨਵੇਂ ਨੌਜਵਾਨ ਇੰਡਸਟਰੀ ਦੇ ਵਿੱਚ ਆਪਣਾ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਇੱਕ ਨੌਜਵਾਨ ਇੰਡਸਟਰੀ ਦੇ ਵਿੱਚ ਜਗ੍ਹਾ ਬਣਾਉਣ ਦੀ ਸੋਚਦਾ ਹੈ ਤਾਂ ਉਹ ਤਕਰੀਬਨ 18-19 ਸਾਲ ਦੀ ਉਮਰ ਤੋਂ ਬਾਅਦ ਹੀ ਕਾਮਯਾਬ ਹੋ ਪਾਉਂਦਾ ਹੈ ਜਾਂ ਉਸ ਦੀ ਸ਼ੁਰੂਆਤ ਹੋ ਪਾਉਂਦੀ ਹੈ ਪਰ ਇੱਕ ਐਸੇ ਨੌਜਵਾਨ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਸ ਦੀ ਉਮਰ ਤਾਂ ਬੇਸ਼ੱਕ 15 ਸਾਲ ਆ ਪਰ ਉਹ ਅੱਜ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਨਾਮ ਬਣ ਚੁੱਕਿਆ ਨਿਮਰਤ ਪ੍ਰਤਾਪ ਸਿੰਘ ਮੇਰੇ ਨਾਲ ਮੌਜੂਦ ਆ ਚਿਹਰੇ ਤੋਂ ਬਖੂਬੀ ਜਾਣਕਾਰ ਹੋਵੋਗੇ ਕਿ ਪੰਜਾਬ ਦੀਆਂ ਵੱਡੀਆਂ-ਵੱਡੀਆਂ ਫਿਲਮਾਂ ਦੇ ਵਿੱਚ ਬਖੂਬੀ ਰੋਲ ਨਿਭਾ ਚੁੱਕਿਆ ਨਿਮਰਤ ਸਤਿ ਸ਼੍ਰੀ ਅਕਾਲ ਭਾਈ ਠੀਕ ਹੋ ਹਾਂਜੀ ਬਹੁਤ ਵਧੀਆ ਭਾਈ ਠੰਡ ਪੈ ਨਹੀਂ ਲੱਗਦੀ ਇਹ ਥੋੜੀ-ਥੋੜੀ ਲੱਗ ਰਹੀ ਹੈ ਅੱਛਾ ਮੌਸਮ ਤਾਂ ਠੰਡਾ ਹੈ ਪਰ ਜਦੋਂ ਤੁਹਾਡੀ ਐਕਟਿੰਗ ਆਪਾਂ ਸਕਰੀਨ ਦੇ ਉੱਪਰ ਦੇਖਦਾ ਤਾਂ ਪੂਰਾ ਮਾਹੌਲ ਐਨ ਗਰਮ ਕਰ ਦਿੰਦੇ ਨੂੰ ਇਹਦਾ ਪਿੱਛੇ ਕੀ ਗ੍ਰਾਉਂਡ ਹੈ ਇਹਦੇ ਪਿੱਛੇ بس ਥੋੜੀ ਜੀ ਪੋਜ਼ਿਟਿਵ એનર્ਜੀ ਹੈ ਜੀ ਜਿਹੜੀ ਜਨਨੂਵਿਕ ਮਿਲਦੇ ਆ ਲੋਕ ਕਹਿੰਦੇ ਨੇ ਕਿ ਤੁਹਾਡੇ ਤੋਂ ਕੁਝ ਪੋਜ਼ਿਟਿਵ ਵਾਈਬਸ ਆਉਂਦੀਆਂ ਆ ਤੁਹਾਡੀ ਰੀਲ ਦੇਖਦੇ ਆ ਇੱਕ ਅਲੱਗ ਹੀ ਖੁਸ਼ੀ ਮਿਲਦੀ ਹੈ ਤੁਹਾਡੀ ਫਿਲਮਾਂ ਦੇਖਦੇ ਆ ਇੱਕ ਅਲੱਗ ਹੀ ਖੁਸ਼ੀ ਮਿਲਦੀ ਹੈ ਬਸ ਉਹ ਮਾਹੌਲ ਹੀ ਆਪਣੇ ਆਪ ਕ੍ਰੀਏਟ ਹੋ ਜਾਂਦਾ ਹੈ ਉਹਦੇ ਨਾਲ ਕੌਨਫੀਡੈਂਸ ਹੋ ਰ ਆ ਜਾਂਦਾ ਹਾਂ ਹਾਂਜੀ ਉਹਦੇ ਨਾਲ ਕੌਨਫੀਡੈਂਸ ਫਿਰ ਅਲੱਗ ਲੈਵਲ ਤੇ ਪਹੁੰਚ ਜਾਂਦਾ ਥੋੜਾ ਜਿਹਾ ਅੱਛਾ ਨਿਮਰਤ ਐਨੀ ਛੋਟੀ ਉਮਰ 15 15 ਸਾਲ ਦੀ ਮੈਨੂੰ ਲੱਗਦਾ ਹੈ ਨਾ ਤੁਹਾ ਏਡਾ ਵੱਡਾ ਮੁਕਾਮ ਹਾਸਲ ਕਰ ਲਿਆ ਸ਼ੁਰੂਆਤ ਕਿੱਥੋਂ ਕਰਦੇ ਹੋ ਕਦੋਂ ਤੋਂ ਫਿਰ ਤਾਂ ਸ਼ੁਰੂਆਤ ਵੀ ਮਤਲਬ ਬਹੁਤ ਛੋਟੀ ਉਮਰ ਚ ਕਰ ਲਈ ਹੋਣੀ ਹਾਂਜੀ ਸ਼ੁਰੂਆਤ ਵੀ ਬਹੁਤ ਛੋਟੀ ਉਮਰ ਦੇ ਵਿੱਚ ਕਰ ਲਈ ਸੀ ਸ਼ੁਰੂਆਤ ਜੇ ਮੈਂ ਤੁਹਾਨੂੰ ਕਹਾਂ ਤਾਂ 10 ਸਾਲ ਹੋ ਚੁੱਕੇ ਨੇ ਜਦ ਮੈਂ 4-5 ਸਾਲਾਂ ਦਾ ਸੀਗਾ ਲਗਾ ਲਓ 2013 ਦੇ ਵਿੱਚ ਸਟਾਰਟ ਕੀਤਾ ਸੀ ਓਕੇ ਮੇਰੀ ਮਾਂ ਗਾਣਾ ਭੱਜੀ ਬਾਈ ਦਾ ਜਿਹੜੇ ਕ੍ਰਿਕਟਰ ਨੇ ਹਰਪਜਨ ਉਹਨਾਂ ਦਾ ਹਾਂਜੀ ਉਹਨਾਂ ਦਾ ਗਾਣਾ ਸੀਗਾ ਉਦੋਂ ਸ਼ੁਰੂਆਤ ਕੀਤਾ ਸੀ ਤੇ ਜਿਵੇਂ ਹਲੇ ਤੁਸੀਂ ਕਹਿ ਰਹੇ ਹੋ ਕਿ ਹਲੇ ਬਹੁਤ ਵੱਡਾ ਮਕਾਮ ਹਾਸਲ ਕਰ ਲਿਆ ਹਲੇ ਕੁਝ ਹਾਸਲ ਨਹੀਂ ਕੀਤਾ ਹਲੇ ਤਾਂ ਐ ਲਗਾ ਲਓ ਪਹਿਲੀ ਪੌੜੀ ਚੜੀ ਆ ਸਿਰਫ 10 ਸਾਲਾਂ ਨੂੰ ਮਤਲਬ ਪਹਿਲੀ ਪੌੜੀ ਮੰਨ ਰਿਹਾ ਹਾਂ ਕਿ ਹਾਂਜੀ ਕਿਉਂਕਿ ਹਲੇ ਤਾਂ ਬਹੁਤ ਕੁਝ ਕਰਨਾ ਹੈ ਹੁ ਤਾਂ ਸ਼ੁਰੂਆਤ ਹੋਈ ਹੈ ਜੀ ਅੱਛਾ 10 ਸਾਲ ਪਹਿਲਾਂ ਹਰਪਾ ਜਨ ਉਹਨਾਂ ਦਾ ਮੇਰੀ ਮਾਂ ਗਾਣਾ ਆਉਂਦਾ ਉਹ ਗਾਣੇ ਚ ਮਾਡਲਿੰਗ ਕਰਨ ਦਾ ਜੋ ਉਸ ਗਾਣੇ ਚ ਐਕਟ ਕਰਨ ਦਾ ਸਵੱਭ ਕਿਵੇਂ ਬਣਿਆ ਕੋਈ ਜਾਣਕਾਰੀ ਸੀ ਹਰਪਜ ਜਨੂਣਾ ਨਾਲ ਜਾਂ ਇੰਡਸਟਰੀ ਦੇ ਵਿੱਚ ਜਾਣਕਾਰੀ ਸੀ ਜਾਂ ਵੈਸੇ ਹੀ ਆਡੀਸ਼ਨ ਦਿੱਤਾ ਤੇ ਸਿਲੈਕਟ ਹੋਇਆ ਜਿਵੇਂ ਆਮ ਨਾਰਮਲ ਚੱਲਦਾ ਦੇਖੋ ਜੀ ਐਵੇਂ ਮੇਰੇ ਘਰ ਦੇ ਬੈਕਗ੍ਰਾਉਂਡ ਦੇ ਵਿੱਚੋਂ ਤਾਂ ਕੋਈ ਐਕਟਰ ਵਗੈਰਾ ਇਸ ਇੰਡਸਟਰੀ ਤੋਂ ਨਾਲ ਨਹੀਂ ਜੁੜਿਆ ਹੋਇਆ ਅੱਛਾ ਤਾਂ ਆਡੀਸ਼ਨ ਹੀ ਦਿੱਤਾ ਸੀ ਆਡੀਸ਼ਨਿੰ ਦਾ ਸੈਂਸਾਲ ਆ ਲਓ ਜਿਵੇਂ ਫੇਸਬੁੱਕ ਤੇ ਫੋਟੋਸ ਪਾਣੇ ਆ ਸ਼ਾਇਦ ਉਹਦੇ ਥਰੂ ਆਡੀਸ਼ਨ ਆਇਆ ਸੀ ਆਡੀਸ਼ਨ ਦਿੱਤਾ ਤੇ ਪਤਾ ਨਹੀਂ ਰਾ ਬਾਪੀ ਲੈ ਗਿਆ ਉਸ ਦਾ ਬਾਪੀ ਲੈ ਗਿਆ ਅੱਛਾ ਫਿਰ ਮਦਰ ਨੇ ਜਾਂ ਫਾਦਰ ਨੇ ਨਹੀਂ ਕਿਹਾ ਵੀ ਯਾਰ ਇਹ ਦੇ ਕਿ ਕਿਊਟ ਜਿਹਾ ਹੈਗਾ ਵੀ 4-5 ਸਾਲ ਦੀ ਉਮਰ ਹੈ ਦੀ ਇੰਨੇ ਵੀ ਕਾ ਨੂੰ ਇੰਨੀ ਦੂਰ ਲੈ ਕੇ ਜਾਣਾ ਪਤਾ ਨਹੀਂ ਕੀ ਹੋ ਕੈਮਰਾ ਕੀ ਹੋ ਤੁਸੀਂ ਕਿਹਾ ਵੀ ਹਨਾ ਕੁਝ ਨਹੀਂ ਸੀ ਪਤਾ ਵੀ ਫਿਲਮ ਇੰਡਸਟਰੀ ਹੈ ਕਿ ਵੱਡੇ ਵੱਡੇ ਕੈਮਰੇ ਹੁੰਦੇ ਨੇ ਇੰਨੇ ਲੋਕ ਵੀ ਉਹਨਾਂ ਚ ਐਡਜਸਟ ਕਿਵੇਂ ਕਰ ਪਾਊਗਾ ਮਦਰ ਫਾਦਰ ਨੇ ਨਹੀਂ ਫਿਰ ਇਦਾਂ ਮੈਂ ਲਗਾ ਲਓ ਮੇਰੇ ਪਾਪਾ ਦਾ ਤਾਂ ਸੁਪਨਾ ਆਈ ਸੀ ਕਿ ਜਿਹੜਾ ਮੇਰਾ ਮੁੰਡਾ ਹੋਵੇ ਉਹ ਕੁਝ ਕਰਕੇ ਵਿਖਾਵੇ ਤੇ ਲੋਕਾਂ ਵਾਸਤੇ ਯੂਥ ਵਾਸਤੇ ਕਨਸਪੀਰੇਸ਼ਨ ਬਣੇ ਤਾਂ ਬਸ इवन ਕਿ ਮੇਰੇ ਪਾਪਾ ਵੀ ਦਿਲੋਂ ਚਾਹਦੇ ਸੀਗੇ ਕਿ ਮੈਂ ਕੁਝ ਐਵੇਂ ਦਾ ਬਣਾ ਤਾਂ ਜਿਵੇਂ ਸਾਨੂੰ ਆਫਰ ਆਇਆ ਤਾਂ ਆਪਾਂ ਕਰਦੇ ਨਾ ਨਹੀਂ ਕੀਤਾ ਹਾਂਜੀ ਹਰਪਜਨ ਸਿੰਘ ਇੱਕ ਲੈਜੈਂਡ ਕਰੈਕਟਰ ਨੇ ਵੱਡਾ ਨਾਮ ਉਹਨਾਂ ਦਾ ਹੈ ਨਾ ਕ੍ਰਿਕਟ ਦੀ ਦੁਨੀਆ 'ਚ ਉਹਨਾਂ ਨੂੰ ਜਦੋਂ ਸਾਡੇ ਵਰਗਾ ਵੀ ਕਿਤੇ ਮਿਲਦਾ ਤਾਂ ਇੱਕ ਨਰਵਸਨੈਸ ਹੁੰਦੀ ਆ ਤੁਸੀਂ ਬੇਸ਼ੱਕ ਬੱਚੇ ਸੀ ਪਰ ਇਹ ਪਤਾ ਸੀ ਕਿ ਹਾਂ ਹਰਪਜਨ ਸਿੰਘ ਕੀ ਚੀਜ਼ ਆ ਪਹਿਲੀ ਵਾਰ ਮਿਲੇ ਉਹਨਾਂ ਪ੍ਰੈਸ਼ਨ ਕਿਦਾਂ ਦਾ ਸੀ ਉਹ ਦੇਖੋ ਜੀ ਪਹਿਲੀ ਵਾਰ ਮਿਲੇ ਇਮਪ੍ਰੈਸ਼ਨ ਬੜਾ ਵਧੀਆ ਸੀਗਾ ਕਿਉਂਕਿ ਗੱਲ ਇਹ ਉਹਦਾ ਏਜ ਮੇਰੀ ਥੋੜੀ ਛੋਟੀ ਸੀਗੀ ਸ਼ਰਾਰਤੀ ਜਿਹਾ ਸੀਗਾ ਥੋੜਾ ਦਾ ਉਵੇਂ ਭਾਈ ਨੂੰ ਜੱਫੀ ਪਾਣਾ ਉਵੇਂ ਨਾਰਮਲ ਗੱਲਾਂ ਹੁੰਦੀਆਂ ਵਧੀਆ ਲੱਗਿਆ ਬਟ ਫਿਰ ਜਦ ਅੱਗੇ ਜਾ ਕੇ ਇਹ ਚੀਜ਼ਾਂ ਬਾਰੇ ਪਤਾ ਲੱਗ ਗਿਆ ਮਤਲਬ ਭਾਜੀ ਬਹੁਤ ਵੱਡੀ ਸ਼ਖਸੀਅਤ ਨੇ ਬਿਲਕੁਲ ਤਾਂ ਸੁਭਾਅ ਵੀ ਬਹੁਤ ਵਧੀਆ ਸੀਗਾ ਇਸ ਭਾਜੀ ਤਾਂ ਸਭ ਤੋਂ ਵੱਡਾ ਬੜੇ ਡਾਊਨ ਟੂ ਅਰਥ ਵੀ ਸੀਗੇ ਸਿੱਗੇ ਨਹੀਂ ਹੈਗੇ ਹਾਂ ਹਾਂ ਡਾਊਨ ਟੂ ਅਰਥ ਹੈਗੇ ਨੇ ਓਕੇ ਅੱਛਾ ਤੇ ਉਸ ਸਮੇਂ 4-5 ਸਾਲ ਦੀ ਉਮਰ ਦੇ ਵਿੱਚ ਹਾਂਜੀ ਸ਼ੁਰੂਆਤ ਕਰਦੇ ਹਾਂ ਉਸ ਤੋਂ ਬਾਅਦ ਕੋਈ ਐਜ਼ ਅ ਪ੍ਰੋਫੈਸ਼ਨਲ ਬਣਾਉਣ ਦਾ ਮਨ ਥੋੜਾ ਸੀ ਜਾਂ ਤੁਹਾਡੇ ਫਾਦਰ ਸਾਹਿਬ ਸੀ ਕਿ ਪ੍ਰੋਪਰ ਕਲਾਸਿਜ਼ ਲਗਾਈਆਂ ਜਾਂਨ ਪ੍ਰੋਪਰ ਟ੍ਰੇਨਿੰਗ ਜਿਹੜੀ ਹੈ ਇਸ ਚੀਜ਼ ਦੀ ਐਕਟਿੰਗ ਦੀ ਦਵਾਈ ਜਾਵੇ ਦੇਖੋ ਜੀ ਮਨ ਤਾਂ ਮੇਰੇ ਘਰ ਦੇ ਮੈਨੂੰ ਸ਼ੁਰੂ ਤੋਂ ਆਹੀ ਕਹਿੰਦੇ ਆਏ ਨੇ ਤੂੰ ਭਾਵੇਂ ਸਪੋਰਟਸ ਦੇ ਵਿੱਚ ਜਾ ਭਾਵੇਂ ਤੂੰ ਸਟੱਡੀਜ਼ ਦੇ ਵਿੱਚ ਜਾ ਜਿਹੜੀ ਮਰਜ਼ੀ ਲਾਈਨ ਦੇ ਵਿੱਚ ਜਾ ਬਸ ਜਿਹੜੀ ਲਾਈਨ ਦੇ ਵਿੱਚ ਜਾਣਾ ਉੱਥੇ ਆਪਣਾ 100% ਦੇਣਾ ਤੇ ਹਰ ਚੀਜ਼ ਸੋਚ ਸਮਝ ਕੇ ਕਰਨੀ ਹੈ ਸੋਚ ਸਮਝ ਕੇ ਪੈਰ ਰੱਖਣਾ ਕਿਸੇ ਵੀ ਚੀਜ਼ ਵੱਲ ਤੇ ਬਟ ਸ਼ੁਰੂ ਤੋਂ ਹੁਣ ਜਿਵੇਂ ਦੱਸਿਆ ਕਿ 4-5 ਸਾਲ ਦੀ ਉਮਰ ਤੋਂ ਲੱਗ ਗਈ ਸੀ ਤਾਂ ਫਿਰ ਇਹ ਲਾਈਨ ਨੂੰ ਆਪਣੀ ਲਗਾ ਲਓ ਜ਼ਿੰਦਗੀ ਬਣਾ ਲਿਆ ਆਪਾਂ ਫਿਰ ਉਧਰੋਂ ਸ਼ੁਰੂ ਕਰ ਲਿਆ ਜੀ ਮਨ ਲਗਾ ਲਓ ਪਾਪਾ ਤੇ ਮੇਰਾ ਦੋਨਾਂ ਦਾ ਜੇ ਮੈਂ ਅੱਜ ਕਿਤੇ ਵੀ ਹੈਗਾ ਨਾ ਤਾਂ ਮੇਰੇ ਮਦਰ ਫਾਦਰ ਦਾ ਬਹੁਤ ਵੱਡਾ ਰੋਲ ਹੈ ਇਸ ਵਿੱਚ। ਬਿਲਕੁਲ ਉਹ ਤਾਂ ਇੱਕ ਬੱਚੇ ਦੇ ਹੁੰਦਾ ਹੀ ਹੈ। ਹਾਂਜੀ। ਅੱਛਾ ਤੇ ਫਿਰ ਪ੍ਰੋਫੈਸ਼ਨਲ ਟ੍ਰੇਨਿੰਗ ਲਈ ਕਿਤੋਂ? ਪ੍ਰੋਫੈਸ਼ਨਲ ਟ੍ਰੇਨਿੰਗ ਤਾਂ ਔਰ ਥੋੜੀ ਜਿਹੀ ਲਿੱਤੀ ਸੀ ਮੇਰੇ ਉਸਤਾਦ ਜੀ ਸਮਰਾਜ ਸਰ ਹੈਗੇ ਨੇ। ਮਤਲਬ ਉਹਨਾਂ ਨੇ ਜਿੰਨਾ ਸਿਖਾਇਆ ਜੇ ਮੈਂ ਅੱਜ ਇੱਥੇ ਤੁਹਾਡੇ ਸਾਹਮਣੇ ਵੀ ਕੁਝ ਬੋਲ ਰਿਹਾ ਤਾਂ ਸ਼ਾਇਦ ਉਹ ਇੱਕ ਉਹਨਾਂ ਦੇ ਕਰਕੇ ਤੇ ਇੱਕ ਪੇਰੈਂਟ ਦੇ ਕਰਕੇ ਬੋਲ ਰਿਹਾ ਕਿ ਜਿੰਨਾ ਉਹਨਾਂ ਨੇ ਸਿਖਾਇਆ ਤੇ ਅੱਜ ਬੋਲਣ ਦਾ ਥੋੜਾ ਬਹੁਤ ਹੈਗਾ। ਅੱਛਾ ਤੁਸੀਂ ਦੱਸਿਆ ਵੀ ਹਨਾ ਫਾਦਰ ਸਾਹਿਬ ਕਹਿੰਦੇ ਸੀ ਵੀ ਜਿਸਟ ਫੀਲਡ ਦੇ ਵਿੱਚ ਜਾਣਾ ਉੱਥੇ 100% ਦੇਣਾ ਚਾਹੀਏ ਉਹ ਸਟੱਡੀਜ਼ ਹੋਵੇ। ਫਿਰ ਸਟੱਡੀਜ਼ ਨਹੀਂ ਇਫੈਕਟ ਹੁੰਦੀਆਂ ਬਹੁਤ ਛੋਟੀ ਏਜ ਆ ਹਲ ਤਾਂ ਸਕੂਲ ਜਾਣੇ ਹੋ ਹਲ ਤਾਂ ਮੈਨੂੰ ਲੱਗਦਾ 10th ਬੋਰਡ ਵੀ ਨਹੀਂ ਥੋੜੀ ਆਈ ਹਲ ਤਾਂ ਬਹੁਤ ਛੋਟੀ ਕਲਾਸ ਦੇ ਵਿੱਚੋਂ ਹਲੇ ਮੈਂ 9th ਦੇ ਵਿੱਚ ਆ ਵੈਸੇ। ਬਟ ਸਟੱਡੀਜ਼ ਦੇਖੋ ਜੀ ਦੋਨੋਂ ਚੀਜ਼ਾਂ ਨੂੰ ਮੈਨੇਜ ਕਰਨਾ ਪੈਂਦਾ ਹੈ ਹਾਂ। ਨਾਲੇ ਅੱਗੇ ਜਾ ਕੇ ਮੈਨੂੰ ਕੰਮ ਹੋਏਗਾ ਕਿ ਕੰਮ ਆਏਗਾ ਕਿ ਜਿਵੇਂ ਦੋ ਵੱਡੀਆਂ ਚੀਜ਼ਾਂ ਆ ਹਨ ਉਹਨਾਂ ਨੂੰ ਇੱਕ ਟਾਈਮ ਤੇ ਕਿਵੇਂ ਮੈਨੇਜ ਕਰਨਾ ਇਹ ਅੱਗੇ ਜਾ ਕੇ ਮੈਨੂੰ ਬਹੁਤ ਕੰਮ ਆਏਗਾ ਤੇ ਜਿੰਨਾ ਕਿ ਮੈਨੂੰ ਲੱਗਦਾ ਬਾਕੀ ਸਟੱਡੀਜ਼ ਆਪਾਂ ਸ਼ੂਟ ਸੀ ਹਰ ਚੀਜ਼ ਉਸੇ ਡੇਸ ਤੇ ਰੱਖ ਲੈ ਜਿਵੇਂ ਮੇਰੀ ਸਾਰੀ ਰੀਲਸ ਹੁੰਦੀਆਂ ਉਹ ਸੈਟਰਡੇ ਸੰਡੇ ਦੇ ਡੇਸ ਦੇ ਵਿੱਚ ਸ਼ੂਟ ਹੁੰਦੀਆਂ ਬਲੈ ਸਟੱਡੀਜ਼ ਨੂੰ ਵੀ ਆਪਾਂ ਪ੍ਰੋਪਰ ਟਾਈਮ ਦੰਨੇ ਆ ਤੇ ਇਹ ਕੰਮ ਨੂੰ ਵੀ ਪ੍ਰੋਪਰ ਟਾਈਮ ਦੰਨੇ ਆ ਕਿੰਨੇ ਕਿ ਪਰਸੈਂਟ ਆ ਜਾਂਦੇ ਨੇ ਕਿਉਂਕਿ ਮੈਨੂੰ ਅੰਦਰ ਬੈਠੇ ਨੂੰ ਥੋੜੇ ਫਾਦਲ ਸਾਹਿਬ ਤਾਂ ਦੱਸਦੇ ਸੀ ਕਿ ਵੀ ਇੰਨੇ ਦੇਖੋ ਜੀ 100 ਦਾ ਸਿੱਧਾ 77 ਚਾਹ ਜੀ 70% 75% 80 ਇਹ ਨਾ ਇਸ ਤੋਂ ਵੱਧ ਨਹੀਂ ਬਹੁਤ ਨੇ ਯਾਰ ਹੋਰ ਹੋਰ ਕੀ ਯਾਹੀ ਦਾ 70 75% ਹਾਂਜੀ ਇੰਨੇ ਕੀ ਬਹੁਤ ਆ আচ্ছা ਫਿਰ ਜਿਹੜੇ ਤੁਹਾਡੇ ਟੀਚਰਸ ਹੋਣੇ ਹਨਾ ਉਹ ਟੀਚਰਸ ਜੇ ਕੋਈ ਬੱਚਾ ਸਟੱਡੀ 'ਚ ਹੁਸ਼ਿਆਰ ਹੋਵੇ ਉਹ ਬੜਾ ਇੱਕਦਮ ਹੈਨਾ ਫੇਵਰੇਟ ਬਣ ਜਾਂਦਾ ਉਸ ਤਰ ਸਟੱਡੀ ਦੇ ਨਾਲ ਨਾਲ 75 80% ਵੀ ਬਹੁਤ ਹੁੰਦਾ ਉਸ ਦੇ ਨਾਲ ਇੱਕ ਸੈਲੀਬ੍ਰਿਟੀ ਵੀ ਫਿਰ ਕੁਝ ਸਪੈਸ਼ਲ ਟ੍ਰੀਟਮੈਂਟ ਟੀਚਰ ਵੱਲੋਂ ਕਦੇ ਦੇਖੋ ਜੀ ਟੀਚਰਸ ਨਾਲ ਜਿਵੇਂ ਨਾਲ ਸ਼ੁਰੂ ਤੋਂ ਹੀ ਹੈ ਮੱਖਣ ਲਾ ਲੋ ਕੋਈ ਦੇਖ ਲੂਗਾ ਟੀਚਰ ਨਹੀਂ ਨਹੀਂ ਉਹ ਜਿੰਨਾ ਕਿ ਸੱਚੀ ਦੱਸਾਂਗੇ ਟੀਚਰਸ ਨਾਲ ਮੇਰਾ ਸ਼ੁਰੂ ਤੋਂ ਇੰਨਾ ਕੀ ਸੀਗਾ ਕਿ ਭਾਵੇਂ ਸਟੱਡੀਜ਼ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਨਹੀਂ ਆਵਾ ਬਟ ਫਿਰ ਵੀ ਫੇਵਰੇਟ ਸਟੂਡੈਂਟ ਤਰਵੇਂ ਹੈਗੇ ਆ ਨੇਵੇਂ ਕਲਾਸ ਵਿੱਚ ਪਤਾ ਹੈ ਕਿ ਆ ਬੱਚਾ ਹੈਗਾ ਜੀ ਨਿਮਰਤ ਪ੍ਰਤਾਪ ਸਿੰਘ ਇਹ ਕਲਾਸ ਰੂਪੇ ਕੇ ਕਲਾਸ ਨੂੰ ਨਹੀਂ ਪਤਾ ਮੇਰੇ ਪੂਰੇ ਫਲੋਰ ਨੂੰ ਪਤਾ ਹੈ ਹਾਂ ਜੀ ਕਿ ਇਨਨਾਕ ਤਾਂ ਹੈਗੇ ਆ ਵੀ ਹੈ ਕੁਛ ਹਾਂ ਜੀ ਫੇਰ ਆਏ ਨਹੀਂ ਕਹਿੰਦੇ ਹੈਗੇ ਤੁਹਾਨੂੰ ਤੁਹਾਡੇ ਦੋਸਤ ਜਾਂ ਤੁਹਾਡੇ ਟੀਚਰ ਵੀ ਯਾਰ ਨਿਮਰਤ ਤੂੰ ਗਿੱਪੀ ਉਹਨਾਂ ਨਾਲ ਕੰਮ ਕੀਤਾ ਬੱਬਲ ਰਾਏ ਉਹਨਾਂ ਨਾਲ ਕੰਮ ਕੀਤਾ ਹੋਰ ਨਿਰਮਲ ਰਿਸ਼ੀ ਮੈਮ ਨੇ ਵੱਡਾ ਨਾਮ ਹੈ ਇੱਕ ਵੀ ਉਹਨਾਂ ਨਾਲ ਕੰਮ ਕੀਤਾ ਵੀ ਸਾਡੀ ਗੱਲ ਕਰਵਾ ਦੇ ਫੋਨ ਤੇ ਜਾਂ ਸਾਨੂੰ ਮਿਲਵਾ ਦੇ ਇਦਾਂ ਕਹਿੰਦੇ ਨੇ ਕਦੇ ਦੇਖੋ ਜੀ ਕਹਿੰਦੇ ਤਾਂ ਐਵੇਂ ਸਾਰੇ ਹੀ ਨੇ ਬਟ ਜਦ ਉਹਨਾਂ ਨਾਲ ਵੀ ਬੈੰਨੇ ਆ ਤਾਂ ਉਹਨਾਂ ਨਾਲ ਦੋਸਤਾ ਵਾਂਗੂ ਰਹੀਦਾ ਦੋਸਤਾਂ ਨਾਲ ਉਹ ਕਹਿੰਦੇ ਤਾਂ ਹੈ ਬਟ ਕਈ ਚੀਜ਼ਾਂ ਹੁੰਦੀ ਹੈ ਕਿ ਅਸੀਂ ਸੱਚੀ ਕਾਲ ਤਾਂ ਨਹੀਂ ਕਰ ਸਕਦੇ ਆਪਾਂ ਬਿਲਕੁਲ ਸਹੀ ਬਟ ਉਹਨਾਂ ਨੂੰ ਵੀ ਪਤਾ ਮਜ਼ਾਕ ਵਗੈਰਾ ਚੱਲਦਾ ਰਹਿੰਦਾ ਹੈ ਨਾ ਚੱਲਦਾ ਰਹਿੰਦਾ ਹਾਂਜੀ ਅੱਛਾ ਹੁਣ ਤਾਂ ਨੋਰਮਲ ਗੱਲਾਂ ਬਾਤਾਂ ਸੀ ਪਰ ਫਿਲਮਾਂ ਦੇ ਵਿੱਚ ਤੁਸੀਂ ਦੱਸਿਆ 12-13 ਫਿਲਮਾਂ ਹਲੇ ਤੱਕ ਕਰ ਚੁੱਕੇ ਹੋ ਹਾਂਜੀ ਪਹਿਲੀ ਫਿਲਮ ਕਿਹੜੀ ਕੀਤੀ ਸੀ ਪਹਿਲੀ ਫਿਲਮ ਲਗਾ ਲਓ ਮੈਂ ਕੀਤੀ ਸੀ ਰੱਬ ਦਾ ਰੇਡੀਓ ਤਰਸੀਮ ਜਸਰ ਹਾਂਜੀ ਤਰਸੀਮ ਜਸਰ ਬਾਈ ਨਿਰਮਲ ਰਸ਼ੀਮ ਮੈਮ ਸਿਮੀ ਚਾਹਲ ਦੀਦੀ ਕਿਹੜਾ ਰੋਲ ਸੀ ਤੁਹਾਡਾ ਉਹਦੇ ਵਿੱਚ ਉਹਦੇ ਵਿੱਚ ਮੇਰਾ ਸਰਵਾਲੇ ਦਾ ਰੋਲ ਸੀਗਾ ਕਿਹਤੇ ਨਿਰਮਲ ਰਿਸ਼ੀ ਮੈਂ ਆਮਦਾ ਬਣਿਆ ਸੀ ਮੈਂ ਪੋਤਾ ਪੋਤਾ ਉਦੋਂ ਬਹੁਤ ਜ਼ਿਆਦਾ ਵੱਡਾ ਸੀਨ ਨਹੀਂ ਸੀਗਾ ਥੋੜਾ ਜਿਹਾ ਸੀਗਾ ਥੋੜੀ ਜਿਹੀ ਪ੍ਰੈਜ਼ੈਂਸੀ ਸੀ ਕਿਵੇਂ ਦਾ ਐਕਸਪੀਰੀਅੰਸ ਸੀ ਨਿਰਮਲ ਰਿਸ਼ੀ ਤਰਸੇਮ ਜਸੜ ਸਾਰੀ ਵੱਡੇ ਵੱਡੇ ਨਾਮ ਨੇ ਪਹਿਲੀ ਫਿਲਮ ਛੋਟੀ ਜੀ ਉਮਰ 10 12 ਸਾਲ ਦੀ ਏਜ ਐਕਸਪੀਰੀਅੰਸ ਕਿਵੇਂ ਦਾ ਰਿਹਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਕਿਉਂਕਿ ਮੈਂ ਨੋਰਮਲ ਜੀ ਗੱਲ ਸੀ 4 5 ਸਾਲ ਦੀ ਉਮਰ 6 7 ਤੱਕ ਆਉਣ ਲੱਗੇ ਮੇਰਾ ਝਾਕਾ ਜਿਹੜਾ ਕੈਮਰਾ ਦੇ ਸਾਹਮਣੇ ਸੀਗਾ ਉਹ ਖੁੱਲ ਗਿਆ ਸੀ ਦੋ ਦੋਕਸਾਲ। ਹਾਂਜੀ ਉਦੋਂ ਤੱਕ ਮੇਰਾ ਚੱਕਾ ਪੂਰੀ ਤਰ੍ਹਾਂ ਖੁੱਲ ਚੁੱਕਿਆ ਸੀ ਤਾਂ ਨਾ ਕੋਈ ਦਿੱਕਤ ਹੋਈ। ਬਸ ਜਿਵੇਂ ਸੀਗੇ ਉਹੀ ਕੀਤਾ ਤੇ ਲਗਾ ਲੋ ਸਾਰਿਆਂ ਨੇ ਬਹੁ ਵਰੀਆ ਟ੍ਰੀਟ ਕੀਤਾ। ਮਤਲਬ ਲਗਾ ਲੋ ਜਾਨਵੀ ਫਿਲਮ ਦੇ ਵਿੱਚ ਮੈਨੂੰ ਇਹ ਚੀਜ਼ ਦੇਖਣ ਨੂੰ ਮਿਲੀ ਜਦ ਮੈਂ ਫਸਟ ਟਾਈਮ ਰੱਬ ਦਾ ਰੇਡੀਓ ਕੀਤਾ ਸੀ ਜਿਹੜਾ ਫਿਲਮ ਦਾ ਸੈੱਟ ਹੁੰਦਾ ਨਾ ਇਹ ਲੱਗਦਾ ਕਿ ਵਿਆਹ ਦਾ ਮਾਹੌਲ ਆ। ਇੰਨੀ ਚਹਿਲ ਪਹਿਲ। ਇੰਨੀ ਚਹਿਲ ਪਹਿਲ, ਐਨੇ ਲੋਕ ਕਿਉਂਕਿ ਲਗਾ ਲੋ ਜਦ ਮੈਂ ਵਿਆਹ 6-7 ਦਿਨ ਚੱਲਦਾ ਤਾਂ ਪੂਰੇ ਘਰ ਦੇ ਵਿੱਚ ਹੋਇਆ ਹੁੰਦਾ ਸਾਰੇ ਲੋਕ ਐਵੇਂ ਕੰਮ ਵੱਲ ਲੱਗੇ ਬਿਲਕੁਲ ਜਿੰਨੀ ਦੇਰ ਤੱਕ ਕੰਮ ਫਿਲਮ ਸ਼ੁਰੂ ਹੁੰਦੀ ਹੈ ਤੇ ਫਿਲਮ ਜਦ ਤੱਕ ਥੀਏਟਰ ਤੱਕ ਪਹੁੰਚਦੀ ਹੈ ਬਹੁਤ ਲਗਾ ਲਓ ਵੱਡਾ ਕੰਮ ਹੁੰਦਾ ਫਿਲਮ ਨੂੰ ਥੀਏਟਰ ਤੱਕ ਲਿਆਣਾ ਬਿਲਕੁਲ ਤਾਂ ਉਹਦੇ ਵਿੱਚ ਜਿਹੜਾ ਵੀ ਕੰਮ ਹੁੰਦਾ ਖੁਸ਼ੀਆਂ ਹਾਸੇ ਕੀੜੀਆਂ ਬਹੁਤ ਡਿਫਰੈਂਟ ਜਿਹਾ ਮਾਹੌਲ ਹੁੰਦਾ ਅੱਛਾ ਨਿਰਮਲ ਰਿਚੀ ਉਹਨਾਂ ਬਾਰੇ ਮੈਂ ਥੋੜਾ ਜਿਹਾ ਹੋਰ ਡੰਗਾਈ ਚ ਜਾਊਂਗਾ ਜਿਵੇਂ ਔਨ ਸਕਰੀਨ ਉਹਨਾਂ ਨੂੰ ਅਸੀਂ ਦੇਖਦੇ ਹਾਂ ਇੱਕ ਸਖਤ ਜਿਹਾ ਕਿਰਦਾਰ ਹਨ ਇੱਕ ਸਖਤ ਦਾਦੀ ਦਾ ਸਖਤ ਬੇਬੇ ਦਾ ਕਿਰਦਾਰ वैसे ऑफ द रिकॉर्ड किमे ने निर्मल ऋषि सच बोलना सच ਦੱਸਾਂਗੇ ਦੇਖੋ ਜੀ ਨਿਰਮਲ ਰਿਸ਼ੀ मैम हैव ਐਸੇ ਉਮੇਰੀ ਨੇ ਸਖਤ ਹਾਂਜੀ ਸਖਤ ਨੇ ਬਟ ਪਿਆਰ ਬਹੁ ਕਰਦੇ ਨੇ ਜਿਵੇਂ ਲਗਾ ਲਓ ਮੈਂ ਮਾਦੇ ਟਾਈਮ ਤੇ ਜਾਂ ਲਾਸਟ ਟਾਈਮ ਮਿਲਿਆ ਸੀ ਉਦੋਂ ਅੱਟ ਦੀ ਚੜੀ ਦਿੱਤੀ ਸੀ ਉਹਨਾਂ ਨੇ ਲਗਾ ਲਓ ਜਿਵੇਂ ਸ਼ੂਟ ਦੇ ਵਿੱਚ ਹੀ ਸੀਗਾ ਤਾਂ ਸ਼ੂਟ ਦੇ ਦੌਰਾਨ ਹੀ ਉਹਨਾਂ ਨਾਲੋਂ ਮੇਰੇ ਦਾਦੀ ਬਣੇ ਸੀ ਕਾਫੀ ਖੁੱਲ ਕੇ ਟਾਈਮ ਸਪੈਂਡ ਕੀਤਾ ਉਹਨਾਂ ਨਾਲ ਜਦ ਰੱਬ ਦਾ ਜਿਹੜੀ ਟਾਈਮ ਤੇ ਮਿਲੇ ਸੀ ਨਾ ਤਾ ਮੈਮ ਦੇ ਨਾਲ ਜਦ ਮੇਰਾ ਸੀਨ ਹੁੰਦਾ ਸੀ ਤਾਂ ਮੈਮ ਨੇ ਐਵੇਂ ਛੇਤੀ ਛੇਤੀ ਕਿਹਾ ਨਾ ਉਹ ਤੁਸੀਂ ਕਰਨਾ ਹੈ ਕਿ ਨਹੀਂ ਛੇਤੀ ਕਰੋ ਨਹੀਂ ਤਾਂ ਮੈਂ ਚੱਲੀਆਂ ਮਤਲਬ ਧਾਮ ਦਾ ਇੱਕ আলাਗੀ ਜਿਹੜਾ ਔਰਾ ਜਿਹਾ ਹੁੰਦਾ ਸੀ ਤਾਂ ਬਹੁਤ ਵਧੀਆ ਹੁੰਦਾ ਸੀਗਾ ਕਿ ਮੈਮ ਜੋ ਹੈਗੇ ਨੇ ਸੱਚ ਨੇ ਹੂੰ ਜਿਹੜੀ ਗੱਲ ਸੱਚ ਹੈ ਉਹ ਸੱਚ ਅੱਛਾ ਉਹਨਾਂ ਦੇ ਸਾਹਮਣੇ ਕਦੇ ਸ਼ਰਾਰਤ ਕੀਤੀ ਆ ਮੇਰੇ ਮਤਲਬ ਤੇ ਬੜੀ ਛੋਟੀ ਉਮਰ ਆ ਯਾਰ ਕਿਉਂਕਿ ਛੋਟੀ ਏਜ ਹੋਵੇ ਤਾਂ ਇਹ ਤਾਂ ਹੋ ਨਹੀਂ ਸਕਦਾ ਕਿ ਤੁਹਾਡੇ ਵਰਗੀ ਏਜ ਦਾ ਬੱਚਾ ਜਿਹੜਾ ਉਹ ਸ਼ਰਾਰਤ ਪੂਰੀ ਸ਼ਰਾਰਤ ਤਾਂ ਐਵੇਂ ਦਾ ਤਾਂ ਕੁਝ ਖਾਸ ਨਹੀਂ ਕੀਤਾ ਕਿਉਂਕਿ ਸਾਨੂੰ ਵੀ ਪਤਾ ਸੀ ਹੁਣ ਜਿਵੇਂ ਆਪੋ ਨਿਰਮਲ ਰਿਸ਼ੀ ਮੈਂ ਅਮਦੇ ਸਾਹਮਣੇ ਬੈਠੀ ਤਾਂ ਸਾਨੂੰ ਪਤਾ ਨਹੀਂ ਕਿਵੇਂ ਦੇਨੇ ਠੀਕ ਹੈ ਤਾਂ ਸ਼ਰਾਰਤ ਹਲੇ ਹੋ ਗਈ ਨਹੀਂ ਕਰਨ ਦੀ ਮਤਲਬ ਨਹੀਂ ਹੋਈ ਕਿਸੇ ਹੋਰ ਕਲਾਕਾਰ ਦੇ ਸਾਹਮਣੇ ਕੋਈ ਐਦਾਂ ਦੀ ਸ਼ਰਾਰਤ ਕੀਤੀ ਹੋਵੇ ਤੇ ਉਸ ਕਲਾਕਾਰਨ ਕੋ ਕਿਹਾ ਹੋਵੇ ਪ੍ਰਤਾਪ ਕੀ ਕਰ ਰਹੇ ਤੂੰ ਐਦਾਂ ਦਾ ਇੰਨੀ ਸ਼ਰਾਰਤ ਨਹੀਂ ਕੀਤੀ ਸ਼ਰਾਰਤ ਜਿਵੇਂ ਚਾਈਲਡ ਐਕਟਰ ਨਾਲ ਹੋ ਗਈ ਮੇਰਾ ਲਗਾ ਲਓ ਭਰਾ ਕਹਿ ਲਓ ਦੋਸਤ ਕਹਿ ਲਓ ਸਮੀਪ ਰਨੋਤ ਜਦੋਂ ਨਵੇਂ-ਨਵੇਂ ਇੰਡਸਟਰੀ ਦੇ ਵਿੱਚ ਆਏ ਸੀ ਥੋੜਾ ਬਹੁਤ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਉਦੋਂ ਸਮੀਪ ਕਾਫੀ ਫਿਲਮਾਂ ਕਰ ਚੁੱਕਿਆ ਸੀ ਕਾਫੀ ਪ੍ਰੋਜੈਕਟਸ ਕਰ ਚੁੱਕਿਆ ਸੀ ਉਹਦੇ ਨਾਲ ਫਿਰ ਗੁੜੀ ਯਾਰੀ ਪੈ ਗਈ ਸਾਂਝ ਪੈ ਗਈ ਮਾ ਫਿਲਮ ਦੇ ਵਿੱਚ ਇਕੱਠੇ ਕੰਮ ਕੀਤਾ ਫਿਰ ਉਹਦੇ ਨਾਲ ਕਾਲ ਕਰਕੇ ਕਦੇ ਛੋਟਾ ਮੋਟਾ ਪ੍ਰੈਂਕ ਕਰ ਲਿਆ ਗੱਲਾਂ ਕਰ ਲਿਆ ਰਾਤੀ 12:00 ਵਜੇ ਤੱਕ ਗੱਲਾਂ ਕਰਨੀਆਂ ਕੋਈ ਪ੍ਰੈਂਕ ਸਾਂਝਾ ਕਰੋ ਤਾਂ ਕਿਦਾਂ ਕਿਤੇ ਕੋਈ ਪ੍ਰੈਂਕ ਕੀਤਾ ਹੋਵੇ ਇਦਾਂ ਦਾ ਕੁਝ ਕੋਈ ਪ੍ਰੈਂਕ ਐਵੇਂ ਖਾਸ ਤਾਂ ਨਹੀਂ ਬਟ ਜਿਵੇਂ ਪ੍ਰੈਂਕ ਕਾਲਸ ਵਗੈਰਾ ਹੀ ਨਾਰਮਲ ਗੱਲਣਾ ਕਿ ਜੇ ਮਜ਼ਾਕ ਬਸੂਕ ਹੈ ਮੈਂ ਕੁਝ ਕੁਝ ਤਾਂ ਸਮਝ ਗਿਆ ਮੈਂ ਸਹੀ ਹੈ ਬਾਕੀ ਸਮਝਦਾਰ ਆਪੇ ਸਮਝ ਜਾਣਗੇ ਉਹ ਕੈਮਰੇ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਕੁਝ ਹਨਾ ਦੱਸਣੀਆਂ ਨਹੀਂ ਅੱਛਾ ਮਾਂ ਫਿਲਮ ਦੇ ਵਿੱਚ ਹਾਂਜੀ ਪੰਜਾਬੀ ਇੰਡਸਟਰੀ ਦਾ ਲੈਜੈਂਡ ਪੰਜਾਬੀ ਗਾਇਕੀ ਦਾ ਵੱਡਾ ਨਾਮ ਗਿੱਪੀ ਗਰੇਵਾਲ ਸੀ ਦੱਤਾ ਮੈਡਮ ਸੀ ਵੱਡੇ ਵੱਡੇ ਯਾਰ ਨਰਵਸ ਨਹੀਂ ਹੁੰਦੇ ਕਦੇ ਵੀ ਯਾਰ ਐਡੇ ਵੱਡੇ ਨਾਮ ਦੇ ਨਾਲ ਸਕਰੀਨ ਸ਼ੇਅਰ ਕਰਨਾ ਪਹਿਲਾਂ ਹੀ ਇੱਕ ਤਾਂ ਮਾਰਨ ਵਾਲੀ ਗੱਲ ਹਨਾ ਇੱਕ ਨਰਵਸਨੈਸ ਨਹੀਂ ਹੁੰਦੀ ਜੇ ਪਰਫਾਰਮੈਂਸ ਦੇ ਵਿੱਚ ਕੁਝ ਕਮੀ ਰਹਿ ਗਈ ਜਾਂ ਇਦਾਂ ਕੁਝ ਇਹਨਾਂ ਨੇ ਕਿਤੇ ਐਂ ਨਾ ਕਹਿ ਦਣ ਵੀ ਯਾਰ ਨਹੀਂ ਇਹ ਬੱਚੇ 'ਚ ਇਹ ਕਮੀ ਹੈਗੀ ਇਦਾਂ ਨਹੀਂ ਕੁਝ ਦੇਖੋ ਜੀ ਗਿੱਪੀ ਬਾਜੀ ਦੀ ਗੱਲ ਕਰੀਓ ਤਾਂ ਹੀ ਆਊਟਸਟੈਂਡਿੰਗ ਐਕਟਰ ਨੇ ਕੋਈ ਉਹ ਬਾ ਕਮਾਲ ਐਕਟਰ ਬਾ ਕਮਾਲ ਗਾਇਕ ਹੂੰ ਉਸ ਤੋਂ ਬਾ ਕਮਾਲ ਡਾਇਰੈਕਟਰ ਵੀ ਹੈ ਤਾਂ ਬਾਜੀ ਨਾਲ ਕੰਮ ਕਰਨਾ ਇੱਕ ਐਕਸਪੀਰੀਅੰਸ ਹਰ ਚੀਜ਼ ਬਹੁਤ ਡਿਫਰੈਂਟ ਜਿਗਾ ਉਹਨਾਂ ਨਾਲ ਜਦ ਸੈਟ ਤੇ ਐਂਟਰ ਕਰਨਾ ਇੱਕ ਔਰਾ ਹਰ ਚੀਜ਼ ਬਹੁਤ ਲੱਗ ਹੁੰਦੀ ਹੈ ਉਹਨਾਂ ਦੇ ਸੈੱਟ ਤੇ ਜਿਵੇਂ ਕਾਫੀ ਵੱਡਾ ਸੈੱਟ ਥੁੰਨਾ ਉਹਨਾਂ ਦੀ ਫਿਲਮਾਂ ਦਾ ਸ਼ਾਵਨੀ ਗਿਰਦਾਰੀ ਲਾਲ ਦਾ ਬਹੁਤ ਬਾਖਮਾਲ ਸੈੱਟ ਸੀਗਾ ਠੀਕ ਹੈ ਤੇ ਉਹਨਾਂ ਨਾਲ ਕੰਮ ਕਰਨ ਨੂੰ ਜਦ ਮੌਕਾ ਮਿਲਿਆ ਤਾਂ ਅੰਦਰੋਂ ਡਰ ਵੀ ਸੀਗਾ ਬਟ ਜਦ ਭਾਜੀ ਨੂੰ ਮਿਲੇ ਭਾਜੀ ਇੰਨੇ ਜ਼ਿਆਦਾ ਫ੍ਰੈਂਡਲੀ ਨੇਚਰ ਦੇ ਨੇ ਇੰਨੇ ਜ਼ਿਆਦਾ ਡਾਊਨ ਟੂ ਅਰਡ ਨੇ ਕਿ ਜੇ ਸਾਰੇ ਐਕਟਰ ਜਿੱਥੇ ਬੈਠੇ ਆ ਭਾਜੀ ਉੱਥੇ ਹੀ ਬਹਿਣਗੇ ਮਤਲਬ ਐਦਾਂ ਕੁਛ ਅਲੱਗ ਟ੍ਰੀਟਮੈਂਟ ਨਹੀਂ ਹੈ ਸਟਾਰ ਟ੍ਰੀਟਮੈਂਟ ਨਹੀਂ ਰੱਖਦੇ ਹੋ ਹੂੰ ਤੇ ਮਤਲਬ ਲਗਾ ਲਓ ਬੜੇ ਖਸਮੋਖ ਗੱਲਾਂ ਬਾਤਾਂ ਕਰਨੀਆਂ ਐ ਐ ਫੈਮਿਲੀ ਵਾਲੀ ਫੀਲਿੰਗ ਆਉਂਦੀ ਹੈ ਜਦ ਵੀ ਉਹਨਾਂ ਨਾਲ ਬੈਠਾਂਗੇ ਤੇ ਸ਼ਾਵਨ ਜੀ ਦੀ ਗਰਦਾਰੀ ਲਾਲ ਦੇ ਟਾਈਮ ਤੇ ਮਾਹ ਦੇ ਟਾਈਮ ਤੇ ਭਾਜੀ ਦੇ ਨਾਲ ਹੀ ਹੁੰਦੇ ਸੀ ਤਾਂ ਬਹੁਤ ਵਧੀਆ ਲੱਗਦਾ ਸੀ ਤੇ ਦਿਵਿਆ দত্ত ਮੈਮ ਦੀ ਗੱਲ ਕਰੀਏ ਦਿਵਿਆ দত্ত ਮੈਮ ਪੰਜਾਬੀ ਇੰਡਸਟਰੀਸ ਦਾ ਚਲੋ ਬਾਲੀਵੁੱਡ ਇੰਡਸਟਰੀ ਵਿੱਚ ਵੀ ਕਾਫੀ ਵੱਡਾ ਨਾਮ ਹੈ ਮੈਮ ਦਾ ਤੇ ਜਦ ਵੀ ਇੱਕ ਸੈੱਟ ਤੇ ਜਾਈਦਾ ਸੀ ਨਾ ਹਰ ਐਕਟਰ ਤੋਂ ਹਰ ਬੰਦੇ ਤੋਂ ਉਹਨਾਂ ਦੀ ਲਾਈਫ ਦੀਆਂ ਕੁਝ ਨਾ ਕੁਝ ਵਧੀਆ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਸੀ ਦਿਵਿਆ ਦੱਤਾ ਮੈਮ ਦਾ ਇੱਕ ਅਲੱਗ ਸੀਗਾ ਕਿ ਜਦ ਦਿਵਿਆ ਦੱਤਾ ਮੈਮ ਨੇ ਕੰਮ ਕਰਨਾ ਇੱਕ ਕੈਮਰਾ ਦੇ ਸਾਹਮਣੇ ਨਾ ਉਹਨਾਂ ਦੀ ਬਾਡੀ ਲੈਂਗੁਏਜ ਕਿ ਜਿਵੇਂ ਪਿੰਡਾਂ ਦੇ ਟਾਈਮ ਦੀ ਕੋਈ ਫੀਮੇਲ ਕੁਝ ਉਵੇਂ ਉਹ ਬਹੁਤ ਹੀ ਵਧੀਆ ਸੀਗਾ ਤੇ ਉਹਨਾਂ ਦੀ ਐਕਟਿੰਗ ਬਾ ਕਮਾਲ ਸੀਗੀ ਹਾਂਜੀ ਤੇ ਸਖਤ ਕੌਣ ਐਕਟਰ ਆ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕੀਤਾ ਗਿੱਪੀ ਉਹਨਾਂ ਦੀ ਗੱਲ ਕੀਤੀ ਆ ਦਿਵਿਆ ਮੈਡਮ ਦੀ ਗੱਲ ਕੀਤੀ ਆ ਨਿਰਮਲ ਰੇਸ਼ੀ ਦੀ ਸਭ ਤੋਂ ਸਖਤ ਐਕਟਰ ਕੌਣ ਲੱਗਿਆ ਤੁਹਾਨੂੰ ਵੀ ਯਾਰ ਵੀ ਇਹ ਤੋਂ ਰੱਬ ਦੂਰੇ ਰੱਖੇ ਬਸ ਵੀ ਇਹ ਦੇਖੋ ਜੀ ਐਵੇਂ ਸੱਚ ਐਕਟਰ ਤਾਂ ਐਵੇਂ ਦਾ ਕੰਮ ਨੂੰ ਲੈ ਕੇ ਕਹਿ ਸਕਦੇ ਆ ਜਾਂ ਕੰਮ ਨੂੰ ਲੈ ਕੇ ਸਖਤ ਤਾਂ ਐਵੇਂ ਤਾਂ ਇੰਨਾ ਜ਼ਿਆਦਾ ਸਖਤ ਕੋਈ ਨਹੀਂ ਸੀਗਾ ਕਿਉਂਕਿ ਜਦ ਤੱਕ ਬਚਪਨ ਹੀ ਛੁੱਟ ਨਹੀਂ ਆ ਨਾ ਉਦੋਂ ਤਾਂ ਐਕਟ ਤਾਂ ਐਵੇਂ ਲਗਾ ਲਓ ਸਖਤਤਾ ਕੋਈ ਵੀ ਨਹੀਂ ਹੁੰਦਾ ਬੱਚਿਆਂ ਲਈ ਤਾਂ ਖਾਸ ਕਰਕੇ ਹੁੰਦਾ ਹੈ ਨਹੀਂ ਸਖਤਤਾ ਐਵੇਂ ਕੋਈ ਨਹੀਂ ਸੀਗਾ ਅੱਛਾ ਹਾਂਜੀ ਕਿਤੇ ਕੈਮਰੇ ਤੋਂ ਬਚਣ ਦੇ ਤਾਂ ਨਹੀਂ ਕਹਿ ਰਹੇ ਨਹੀਂ ਨਹੀਂ ਕੈਮਰੇ ਤੋਂ ਬਚਣ ਨਹੀਂ ਨਹੀਂ ਜਿਵੇਂ ਸਾਚਾ ਜੀ ਐਕਟਿੰਗ ਲਾਈਨ ਦੇ ਵਿੱਚ ਐਕਟਰਸ ਦੇ ਵਿੱਚ ਤਾਂ ਉਹਨਾਂ ਸਖਤ ਕੋਈ ਨਹੀਂ ਹੈ ਫਿਰ ਗਲਤੀਆਂ ਤਾਂ ਦੱਸਦੇ ਹੁਣੇ ਹਨਾ ਵੀ ਨਿਮਰਤ ਇੱਥੇ ਇਹ ਟੈਕਨੀਕਲ ਇਹ ਗਲਤੀ ਹੈਗੀ ਤੁਹਾਡੀ ਐਕਟਿੰਗ ਦੇ ਵਿੱਚ ਇੱਥੇ ਸੁਧਾਰ ਹੋ ਸਕਦਾ ਹੈ ਕੌਣ ਦੱਸਦਾ ਸੀ ਸਭ ਤੋਂ ਜ਼ਿਆਦਾ ਮੋਸਟ ਆਫ ਦਾ ਟਾਈਮ ਫਿਲਮਾਂ ਇਸ ਤੋਂ ਦੱਸਣ ਨਹੀਂ ਉਨੀ ਲੋਡ ਨਹੀਂ ਪਈ ਸੀ ਮਤਲਬ ਪੈਂਦੀ ਵੀ ਨਹੀਂ ਬਾਕੀ ਗੱਲ ਇਹ ਹੈ ਜਿੰਨਾ ਨੈਚੁਰਲ ਰਹਿੰਦੇ ਆ ਉਹਨਾਂ ਜ਼ਿਆਦਾ ਹੀ ਸੀਨ ਵਧੀਆ ਜਾਂਦਾ ਹੈ ਤਾਂ ਉਹਦੇ ਨਾਲ ਫਾਇਦਾ ਕਾਫੀ ਜ਼ਿਆਦਾ ਹੁੰਦਾ ਹੈ ਤਾਂ ਨੈਚੁਰਲ ਰਹਿ ਕੇ ਜੋ ਕਰ ਦਿੰਨੇ ਆ ਉਹ ਹਮੇਸ਼ਾ ਬੈਸਟ ਹੀ ਜਾਂਦਾ ਹੈ ਬਿਲਕੁਲ ਅੱਛਾ ਦਲਜੀਤ ਉਹਨਾਂ ਨਾਲ ਨਿਮਰਤ ਕਿੰਨੀਆਂ ਮੂਵੀਜ਼ ਕੀਤੀਆਂ ਨੇ ਤੁਸੀਂ ਨੇ ਦਲਜੀਤ ਇੱਕ ਤਾਂ ਸੱਜਣ ਸਿੰਘ ਰੰਗ ਰੂਟ ਦੇ ਵਿੱਚ ਥੋੜਾ ਸੀ ਹੋਰ ਹੋਰ ਕਿਹੜੀਆਂ ਨੇ ਦਲਜੀਤ ਭਾਈ ਨਾਲ ਤਿੰਨ ਫਿਲਮਾਂ ਕਰ ਲਈਆਂ ਇੱਕ ਜੋੜੀ ਜੋੜੀ ਤੇ ਜੋਗੀ ਜੋਗੀ netflix ਦੀ ਜਿਹੜੀ ਹਾਂਜੀ ਹਾਂਜੀ ਅੱਛਾ ਕਿਵੇਂ ਦਾ ਐਕਸਪੀਰੀਅੰਸ ਉਹ ਦਲਜੀਤ ਉਹਨੇ ਵੀ ਕਿਉਂਕਿ ਮੈਂ ਉਹੀ ਵਾਰ-ਵਾਰ ਪੁੱਛ ਰਿਹਾ ਕਿ ਉਹਨਾਂ ਦਾ ਇੱਕ ਆਪਣਾ ਸਟੈਂਡਰਡ ਸੈੱਟ ਆ ਦਲਜੀਤ ਉਹਨਾਂ ਦਾ ਉਹ ਦੇਖੋ ਜੀ ਦਲਜੀਤ ਬਾਈ ਦੀ ਗੱਲ ਕਰੀਓ ਤਾਂ ਬਿਯੋਂਡ ਦਾ ਲਾਈਨ ਨੇ ਬਿਯੋਂਡ ਦੀ ਇੰਡਸਟਰੀ ਪਹੁੰਚ ਚੁੱਕੇ ਆ ਠੀਕ ਹੈ ਉਹਨਾਂ ਦਾ ਤਾਂ ਕੰਪੀਟੀਸ਼ਨ ਹੈ ਨਹੀਂ ਹਲੇ ਤੱਕ ਤਾਂ ਕੋਈ ਬਾਕੀ ਦਲਜੀਤ ਬਾਈ ਨਾਲ ਕੰਮ ਕਰਨਾ ਉਹਨਾਂ ਦੇ ਨਾਲ ਖੜਾ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਨਾਰਮਲੀ ਲੋਕ ਉਹਨਾਂ ਦੇ ਸੁਪਨੇ ਲੈਣੇ ਉਹਨਾਂ ਵਰਗਾ ਬਣਨਾ ਚਾਹੁੰਦੇ ਆ ਜਦ ਉਹਨਾਂ ਦੇ ਨਾਲ ਚਾਕੇ ਖੜੇ ਹੋਈਦਾ ਤਾਂ ਇੱਕ ਅਲੱਗ ਹੀ ਔਰਾ ਹੁੰਦਾ ਹੈ ਇੱਕ ਅਲੱਗ ਹੀ ਪੋਜ਼ਿਟਿਵ ਵਾਈਬਸ ਹੁੰਦੀ ਹੈ ਕਿ ਬਾਈ ਇੰਨਾ ਜ਼ਿਆਦਾ ਫ੍ਰੈਂਡਲੀ ਨੇਚਰ ਦਾ ਹੈ ਇੰਨਾ ਜ਼ਿਆਦਾ ਡਾਊਨ ਟੂ ਅਰਥ ਮਤਲਬ ਲਗਾ ਲਓ ਜਦ ਉਹਨਾਂ ਦੇ ਨਾਲ ਆਪਾਂ ਫਸਟ ਟਾਈਮ ਮਿਲੇ ਉਹਨਾਂ ਨੂੰ ਮਿਲੇ ਸੀ ਸਜਨ ਸਿੰਘ ਰੰਗਰੂਟ ਦੇ ਟਾਈਮ ਤੇ ਸਜਨ ਸਿੰਘ ਰੰਗਰੂਟ ਦੇ ਟਾਈਮ ਤੇ ਤਾਂ ਬਾਈ ਦਾ ਬਚਪਨ ਦਾ ਰੋਲ ਸੀਗਾ ਨਹੀਂ ਸਜਨ ਸਿੰਘ ਰੰਗਰੂਟ ਦੇ ਟਾਈਮ ਤੋਂ ਉਹਨਾਂ ਨੂੰ ਮਿਲੇ ਨਹੀਂ ਸੀ ਅੱਛਾ ਬਾਈ ਦਾ ਬਚਪਨ ਦਾ ਰੋਲ ਸੀ ਸ਼ਾਇਦ ਬਾਈ ਨੂੰ ਜਦ ਮਿਲਣਾ ਸੀ ਉਦੋਂ ਬਾਈ ਦਾ ਰਾਈਜ਼ਿੰਗ ਸਟਾਰ ਵੀ ਚੱਲ ਰਿਹਾ ਸੀ ਵਿੱਚ ਸ਼ੋ ਤਾਂ ਸ਼ੂਟ ਤੋਂ ਬਾਅਦ ਸ਼ਾਇਦ ਬਾਈ ਉੱਥੇ ਵੀ ਜਾਂਦੇ ਸੀ ਫਚ ਮੁਲਾਕਾਤ ਨਹੀਂ ਸੀ ਉਹਦੀ ਮੁਲਾਕਾਤ ਨਹੀਂ ਮੁਲਾਕਾਤ ਹੋਈ ਸੀ ਫਿਰ ਜੋਗੀ ਤੇ ਜੋੜੀ ਦੇ ਟਾਈਮ ਤੇ ਜੋੜੀ ਤੇ ਤਾਂ ਉਹਨਾਂ ਨਾਲ ਸਕਰੀਨ ਸ਼ੇਅਰ ਕੀਤੀ ਸੀ ਸਕਰੀਨ ਸ਼ੇਅਰ ਕੀਤੀ ਤਾਂ 22 ਚ ਜਿਹੜੀ ਚੀਜ਼ ਸਿੱਖਣ ਨੂੰ ਮਿਲੀ ਸੀ ਨਾ ਸਭ ਤੋਂ ਬੈਸਟ ਚੀਜ਼ ਲਗਾ ਲੋ ਕੋ ਐਕਟਰਸ ਦੇ ਵਿੱਚ ਜਿਵੇਂ ਸਪੋਜ਼ ਕਰੋ ਕੋਈ ਸੀਨ ਨਹੀਂ ਆ ਰਿਹਾ ਨਾ ਬਟ 22 ਪਰਫੈਕਟ ਸ਼ਾਟ ਦੇ ਰਿਹਾ ਸੀਗਾ ਉਹ ਦੋ ਤਿੰਨ ਸ਼ਾਟਸ ਲੈਣ ਨੂੰ ਇੱਕ ਪੂਰਾ ਦਿਨ ਲੱਗ ਗਿਆ ਸੀ ਜੋੜੀ ਦੇ ਟਾਈਮ ਤੇ ਬਟ ਜਿਵੇਂ 22 ਸਵੇਰੇ ਸਵੇਰੇ ਆ ਕੇ ਖੜੇ ਸੀ ਸ਼ਾਮ ਤੱਕ ਭਾਈ ਉਵੇਂ ਖੜੇ ਰਹੇ ਚਿਹਰੇ ਤੇ ਸਮਾਈਲ ਉਸ 에ਨਰਜੀ ਕੋਈ ਚੱਕਰ ਨਹੀਂ ਕੋਈ ਗਲਤੀ ਹੋ ਰਹੀ ਹੈ ਕੋਈ ਚੱਕਰ ਨਹੀਂ ਬਾਈ ਨੂੰ ਪਤਾ ਕਿ ਬਾਈ ਸਹੀ ਸੀ ਬਾਈ ਪਰਫੈਕਟ ਸ਼ਾਟ ਦੇ ਰੇ ਸੀ ਜਿੰਨੀ ਵਾਰ ਵੀ ਬਾਈ ਟੇਕ ਕਰ ਰਹੇ ਸੀਗੇ ਹਮੇਸ਼ਾ ਉਨਾ ਹੀ ਬਿਹਤਰੀਨ ਹੋ ਰਿਹਾ ਸੀ ਬਟ ਬਾਈ ਦੇ ਚਿਹਰੇ ਤੇ ਸਮਾਈਲ ਜੋ ਮੁੱਖ ਦਾ ਨੂਰ ਮਤਲਬ ਬਾਈ ਐਵੇਂ ਦਾ ਹੈ ਕਿ ਸੈੱਟ ਦੇ ਉੱਤੇ 100 200 300 400 500 ਜਾਣਾ ਇੰਨੇ ਲੋਕ ਹੁੰਦੇ ਨੇ ਬਟ ਬਾਈ ਐਵੇਂ ਦਾ ਹੁੰਦਾ ਹੈ ਕਿ ਦਿਲਜੀਤ ਬਾਈ ਅਲਾਗੀ ਚਮਕਦਾ ਹੈ ਫਨੀ ਹੈ ਦਲਜੀਤ ਸਿੰਘ ਕਿਉਂਕਿ ਜਿੰਨੇ ਵੀ ਮੈਂ ਉਹਨਾਂ ਦੇ ਵਲੌਗਸ ਜਾਂ ਉਹਨਾਂ ਦੀਆਂ ਵੀਡੀਓਜ਼ ਦੇਖਦਾ ਮੈਨੂੰ ਬੜਾ ਆਪਣੇ ਆਪ 'ਚ ਫੀਲ ਹੁੰਦਾ ਕਿ ਯਾਰ ਇਹ ਬੰਦਾ ਕੁਝ ਅਲੱਗੂ ਇੰਡਸਟਰੀ 'ਚ ਇਹ ਬਹੁਤ ਫਨੀ ਆ ਬੰਦਾ ਦਲਜੀਤ ਭਾਈ ਐਵੇਂ ਕਹਿ ਲਓ ਕਿ ਆਫ ਦਾ ਕੈਮਰਾ ਵੀ ਕਾਫੀ ਕਹੈਂਟ ਨੇ ਪਰ ਜਦ ਔਨ ਦਾ ਕੈਮਰਾ ਆਨੇ ਆ ਫੇਰ ਤਾਂ ਭਾਈ ਨੈਕਸਟ ਲੈਵਲ ਨੇ ਠੀਕ ਹੈ ਜਿਵੇਂ ਆਫ ਦਾ ਕੈਮਰਾ ਥੋੜੇ ਜਿਹਾ ਸ਼ਾਂਤ ਵੀ ਨੇ ਥੋੜੇ ਜਿਹਾ ਸ਼ਾਂਤ ਸੁਭਾਅ ਦੇ ਗੱਲਾਂ ਸੁਣਨ ਵਾਲੇ ਅਬਜ਼ਰਵ ਕਰਨ ਵਾਲੇ ਮੇਰੇ ਖਿਆਲ ਨਾਲ ਬਾਕੀ ਪਰ ਜਦ ਬਾਈ ਔਨ ਦਾ ਕੈਮਰਾ ਹੁੰਦਾ ਫੇਰ ਤਾਂ ਬਾਈ ਫੇਰ ਤਾਂ ਕਮਾਲ ਹਾਂਜੀ એનર્ਜੀ ਲੈਵਲ ਉਹ ਅਲੱਗ ਹੀ ਹੈ ਉਹਦਾ એનર્ਜੀ ਲੈਵਲ ਤਾਂ ਜਿਵੇਂ ਦੀ ਉਹਨਾਂ ਦੀ ਜਰਜੀ ਹੈ ਉਹਨਾਂ ਦੀ ਐਕਟਿੰਗ ਹੋਊਗੀ ਉਹਨਾਂ ਦਾ ਕਾਮਿਕ ਬੈਸਟ ਹੈ ਸੀਰੀਅਸ ਦੇ ਵਿੱਚ ਕਰਦੇ ਨੇ ਬੈਸਟ ਹੈ ਕਿਤੇ ਮਤਲਬ ਇੱਕ ਹਾਸਾ ਮਜ਼ਾਕ ਹੁੰਦਾ ਹੈ ਹਨਾ ਇੱਕ ਤੇ ਚੌੜਵਾਜੀ ਹੁੰਦੀ ਹੈ ਆਪਣੇ ਇੱਕ ਬੱਚੇ ਨਾਲ ਕਹਿ ਲੋ ਕਿ ਬੱਚੇ ਹੀ ਹੋ ਤੁਸੀਂ ਉਹਨਾਂ ਦੇ ਹਿਸਾਬ ਨਾਲ ਤਾਂ ਕਿਤੇ ਉਹਨਾਂ ਨੇ ਇਦਾਂ ਦਾ ਕੁਝ ਕਿਤੇ ਛੇੜਖਾਨੀ ਕਿਤੇ ਇਦਾਂ ਦਾ ਕੁਝ ਕਿਤੇ ਹਾਸਾ ਮਜ਼ਾਕ ਕਿਤੇ ਕੀਤਾ ਹੈ ਉਹਨਾਂ ਨੇ ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਜਿੰਨਾ ਕ ਮੰਨੂ ਇੱਕ ਬਾਈ ਵਾਰੀ ਆ ਕਿ ਇਹ ਤਾਂ ਹੋ ਨਹੀਂ ਸਕਦਾ ਕਿ ਦਲਜੀਤ ਸਿੰਘ ਇੰਨਾ ਨਾ ਕਰਨ ਉਹਨਾਂ ਨੇ ਕੁਝ ਨਾ ਕੁਝ ਹਾਸਾ ਮਜ਼ਾਕ ਐਵੇਂ ਤਾਂ ਕੁਝ ਸਪੈਸੀਫਿਕ ਤਾਂ ਬਾਈ ਨਾਲ ਸੱਚ ਦੱਸਦਾ ਤਾਂ ਇਹ ਨਹੀਂ ਹੋਇਆ ਕਿਉਂਕਿ ਜਿੰਨਾ ਕੋ ਨਾਲ ਵਿਚਰਨ ਦਾ ਟਾਈਮ ਮਿਲਿਆ ਸੀਗਾ 15 ਤੋਂ 20 ਮਿੰਟ ਬਾਈ ਨਾਲ ਕਿਉਂਕਿ ਜੋਗੀ ਦੇ ਟਾਈਮ ਤੇ ਸਾਰਾ ਬੰਬੇ ਸਿਟ ਸੀਗਾ ਤਾਂ ਮੇਰਾ ਸੀਗਾ ਬਾਈ ਦੇ ਬਚਪਨ ਦਾ ਰੂਲ ਜਦੋਂ ਹਫਤੇ 13 ਸ਼ੂਟ ਸੀਗਾ ਉੱਥੇ ਮੇਰਾ ਜਦ ਮੇਰਾ ਸ਼ੂਟ ਖਤਮ ਹੋਇਆ ਉਦੋਂ ਬਾਈ ਪਹੁੰਚੇ ਸੀ ਤਾਂ ਮੇਰਾ ਲਾਸਟ ਡੇ ਸੀਗਾ ਉਦੋਂ ਬਾਈ ਨੂੰ ਮਿਲਣ ਦਾ ਮਿਲਣ ਨੂੰ ਆ ਆਪਾਂ ਮਿਲੇ ਸੀ ਤਾਂ ਉਹਦੇ ਵਾਸਤੇ ਵੀ ਸਾਨੂੰ 2-3 ਘੰਟੇ ਐਕਸਟਰਾ ਵੇਟ ਕਰਨੀ ਪਈ ਸੀ ਕਿਉਂਕਿ ਬਾਈ ਹਲੇ ਪਹੁੰਚ ਰਹੇ ਸੀਗੇ ਤੇ ਜਿਵੇਂ ਬਾਈ ਪਹੁੰਚੇ ਉਹਨਾਂ ਨੂੰ ਮਿਲੇ ਤਾਂ ਨਾਰਮਲ ਗੱਲਾਂ ਹੋਈਆਂ ਲਗਾ ਲਓ ਕਿ ਜਿਵੇਂ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕਈ ਹੈ ਨਾ ਕਿ ਸੈੱਟ ਦੀ ਫੋਟੋਆਂ ਜੋ ਫੰਡ ਦੇ ਵਿੱਚ ਕਪੜੇ ਪਾਏ ਹੋਏ ਨੇ ਐਕਟਰ ਨੇ ਉਹ ਰਿਵੀਲ ਨਹੀਂ ਕਰਨੇ ਹੁੰਦੇ ਤਾਂ ਮੁੰਬਈ ਦੇ ਵਿੱਚ ਵੀ ਬਾਈ ਦਾ ਲਗਾ ਲੋ ਐਨਕ ਟ੍ਰਸ ਸੀਗਾ ਕਿ ਬਾਈ ਨੇ ਕਿਆ ਸੀ ਫੋਟੋ ਖਿੱਚ ਲਿਓ ਬਟ ਕਿਤੇ ਜਦ ਤੱਕ ਫਿਲਮ ਨਹੀਂ ਆਂਦੀ ਐ ਅਨਾਉਂਸਮੈਂਟ ਨਹੀਂ ਹੁੰਦੀ ਕਿਤੇ ਅਪਲੋਡ ਨਾ ਕਰਿਓ ਤਾਂ ਜਨਕ ਬਾਈ ਦਾ ਟ੍ਰਸ ਸੀਗਾ ਫਿਰ ٹرسٹ ਰੱਖਿਆ ਆਪਾਂ ਫੋਟੋ ਖਚਾਈਓ ਨਾਲ ਤੇ ਬਹੁਤ ਖੁਸ਼ੀ ਹੋਈ ਸੀ ਉਸ ਦਿਨ ਯਾ ਤਿਤਲੀਆਂ ਜੀਆਂ ਵੀਰ ਬਲਜੀਤ ਹਾਂਜੀ ਤਿਤਲੀਆਂ ਜੀ ਉਹ ਵੀ ਸੀਗੀਆਂ ਕਿਉਂਕਿ ਲੋਕ ਉਹਨਾਂ ਨੂੰ ਸਕਰੀਨ ਤੇ ਦੇਖਦੇ ਨੇ ਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਉਹ ਮੰਨਦੀ ਹੈ ਕਿ ਕਿ ਪੱਗ ਦਾ ਟ੍ਰੈਂਡ ਦੁਬਾਰਾ ਸ਼ੁਰੂ ਹੋ ਰਿਹਾ ਹੈ ਕਿਉਂਕਿ ਵਿੱਚ ਕਿ ਜੇ ਆਪਾਂ ਪਿੱਛੇ ਜਾ ਕੇ ਦੇਖੀਏ ਕੁਝ ਟਾਈਮ ਪਹਿਲਾਂ ਤਾਂ ਪੱਗਾਂ ਥੋੜੀ ਜਿਹੀ ਘਟਨੀਆ ਸ਼ੁਰੂ ਹੋ ਗਈਆਂ ਇੰਡਸਟਰੀ ਦੇ ਵਿੱਚੋਂ ਖਾਸ ਕਰਕੇ ਹਾਂ ਬਿਲਕੁਲ ਤਾਂ ਬਟ ਜਦ ਬਾਈ ਨੂੰ ਦੇਖਦੇ ਹਾਂ ਸਿੱਧੂ ਮੂਸੇ ਵਾਲਾ ਬਾਈ ਹੋ ਗਿਆ ਦਿਲਜੀਤ ਦੋਸਾਜ ਬਾਈ ਹੋ ਗਿਆ ਤਰਸੀਮ ਜਸੜ ਬਾਈ ਹੋ ਗਿਆ ਐਵੇਂ ਦੇ ਐਕਟਰਸ ਨੂੰ ਦੇਖ ਕੇ ਇੱਕ ਇਨਸਪੀਰੇਸ਼ਨ ਖੜੀ ਹੁੰਦੀ ਹੈ ਕਿ ਬਾਈ ਪੱਗ ਦਾ ਨਾਮ ਕਿੱਥੇ ਇੰਨੀ ਉੱਚੀ ਲੈ ਕੇ ਗਏ ਨੇ ਆਪਾਂ ਵੀ ਲੈ ਕੇ ਜਾਣਾ ਬਿਲਕੁਲ ਪੱਗ ਤੁਸੀਂ ਵੀ ਬਹੁਤ ਸੋਹਣੀ ਮੰਨੀ ਇਹ ਮੈਨੂੰ ਥੋੜੀ ਥੋੜੀ ਉਹੀ ਲੱਗ ਰਿਹਾ ਕਿ ਦਲਜੀਤ ਉਹਨਾਂ ਨੇ ਜਿਸ ਤਰ੍ਹਾਂ ਕਈ ਮੂਵੀਜ਼ ਦੇ ਵਿੱਚ ਇਦਾਂ ਉਹਨਾਂ ਤੋਂ ਦੇਖੋ ਜੀ ਅੱਜ ਵੀ ਕਿਤੇ ਨਿਕਲਦੇ ਆ ਭਾਵੇਂ ਮੇਰਾ ਇਨਸਟਾ ਦਾ ਕਮੈਂਟ ਸੈਕਸ਼ਨ ਹੀ ਹੋ ਗਿਆ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟਸ ਨਹੀਂ ਆਏ ਕਿ ਛੋਟਾ ਦਲਜੀਤ ਦਸਾਂਜ ਆ ਗਿਆ ਮੈਂ ਤਾਂਹੀਂ ਕਿਉਂਕਿ ਝਲਕ ਪੈ ਰਹੀ ਕਿ ਦਸਤਾਰ ਦੇ ਵਿੱਚੋਂ ਹੀ ਝਲਕ ਪੈ ਰਹੀ ਲੱਗ ਰਿਹਾ ਸੀ ਆ ਦੇਖੋ ਜੀ ਜਿਵੇਂ ਇੱਕ ਤਿਆਰ shear ਹੋਣ ਦਾ ਕਾਫੀ ਜ਼ਿਆਦਾ ਸ਼ੌਂਕ ਹੈ ਜਿਵੇਂ ਤਿਆਰ ਹੋ ਕੇ ਰਹਿਣਾ ਸਜ ਕੇ ਫੱਬ ਕੇ ਰਹਿਣਾ ਮੂਡ ਤੱਕ ਜਾਣਾ ਔਰ ਕੱਟ ਕੇ ਜਾਣਾ ਉਹ ਡ्रेसਿੰਗ ਸੈਂਸ ਤੋਂ ਲੱਗ ਰਿਹਾ ਕਿ ਹਾਂ ਹਾਂ ਜੀ ਤੇ ਬਾਕੀ ਸਭ ਤੋਂ ਸੋਹਣਾ ਜਿਹੜਾ ਫੈਸ਼ਨ ਹੈ ਉਹ ਹੈ ਜੀ ਚਿਹਰੇ ਦੀ ਮੁੱਖ ਦੀ ਸਮਾਈਲ ਆ ਜੀ ਮੇਰੇ ਉਹ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਕਿ ਤੁਹਾਡਾ ਸਭ ਤੋਂ ਵਧੀਆ ਫੈਸ਼ਨ ਤੁਹਾਡੀ ਸਮਾਈਲ ਹੋਣੀ ਚਾਹੀਦੀ ਹੈ ਬਿਲਕੁਲ ਅੱਛਾ ਹੁਣ ਫਿਰ 10 12 ਫਿਲਮਾਂ ਤੁਸੀਂ ਕਰ ਚੁੱਕੇ ਹੋ ਹਨਾ ਇੱਕ ਕਾਮਯਾਬ ਐਕਟਰ ਉਸ ਦੇ ਪਿੱਛੇ ਲੱਗਣ ਲੱਗ ਜਾਂਦਾ ਕਿ ਹਾਂ ਤੁਸੀਂ ਕਾਮਯਾਬ ਹੋ ਤੁਸੀਂ ਜੇ 10 ਫਿਲਮਾਂ ਕੀਤੀਆਂ ਨੇ ਤਾਂ ਜੇ ਤੁਹਾਡੇ 'ਚ ਕੋਈ ਟੈਲੈਂਟ ਹੈਗਾ ਤਾਂ ਇਸੇ ਲਈ ਤੁਹਾਨੂੰ ਕਾਸਟ ਕੀਤਾ ਗਿਆ ਹਨਾ ਹਾਂਜੀ ਫਿਰ ਹੁਣ ਇੱਕ ਸਟਾਰ ਜੀ ਵਾਲੀ ਫੀਲਿੰਗ ਤਾਂ ਆਉਣ ਲੱਗ ਗਈ ਹੋਣੀ ਐ ਵੀ ਜਦੋਂ ਬਾਹਰ ਨਿਕਲਦੇ ਹਾਂ ਕਿਤੇ ਦੋਸਤਾਂ ਚ ਜਨ ਵੀ ਹੈਗੇ ਆ ਬਈ ਕੁਝ ਹੋਣ ਨਹੀਂ ਹੁਣ ਨਹੀਂ ਦੱਸਦੇ ਹਾਂਜੀ ਬਸ ਐਨਾ ਇੱਕ ਨਮਕੇ ਰਹੀਦਾ ਬਾਕੀ ਸਟਾਰ ਫੀਲਿੰਗ ਹਲੇ ਆਣੀ ਜਿਵੇਂ ਇੱਕ ਆਣ ਪਿਛਲੇ 2-3 ਸਾਲਾਂ ਦੇ ਵਿੱਚ ਹੀ ਚੇਂਜ ਹੋਇਆ ਪਹਿਲਾਂ ਨਿਕਲਦੇ ਸੀ ਤਾਂ ਕੋਈ ਐਵੇਂ ਮਿਲਦਾ ਨਹੀਂ ਸੀ ਅੱਜ ਦੇ ਟਾਈਮ ਤੇ ਜੇ ਨਿਕਲਦੇ ਆ ਜੋ ਮਹੌਲੀ 3B2 ਜਿਹੜਾ ਮਾਰ ਲਈ ਫਿਰ ਤਾਂ 25-30 ਫੋਟੋ ਹੋਈ ਜਾਂਦੀਆਂ ਨੇ ਫਿਰ ਉਹ ਖੁਸ਼ੀ ਜਿਹੜੀ ਹੁੰਦੀ ਹੈ ਉਹ ਥੋੜੀ ਇਹ ਚੀਜ਼ਾਂ ਚੇਂਜ ਹੋਈਆਂ ਤਾਂ ਕਾਫੀ ਕੁਝ ਬਦਲਿਆ ਹੈ ਲੱਗਦਾ ਹੈ ਨਾ ਵੀ ਹਾਂ ਯਾਰ ਹੈਗੇ ਅਸੀਂ ਵੀ ਕੁਝ ਹਾਂਜੀ ਮਤਲਬ ਲੱਗਦਾ ਹੈ ਕਿ ਕੁਝ ਤਾਂ ਹੈਗੇ ਆ ਮੈਂ ਤਾਂ ਜੇ ਹਲੇ ਥੋੜਾ ਬਹੁਤ ਕੰਮ ਕੀਤਾ ਜਿੰਨੀ ਇੱਕ ਮਿਹਨਤ ਕੀਤੀ ਹੈ ਬਸ ਲੋਕਾਂ ਤੋਂ ਪਿਆਰ ਹੀ ਮੰਗ ਰਿਆ ਤੇ ਆਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਿਆਰ ਨਾਲ ਹੀ ਦੁਨੀਆ ਜਤਨੀ ਆਪਾਂ ਜਿੱਥੇ ਐਕਟਿੰਗ ਬਾ ਕਮਾਲ ਆ ਉੱਥੇ ਮੈਂ ਕੱਲ ਰਾਤੀ ਹੀ ਤੁਹਾਡੇ ਫਾਦਰ ਨਾਲ ਗੱਲ ਕਰਨ ਤੋਂ ਬਾਅਦ ਮੈਂ ਤੁਹਾਡਾ ਇੰਸਟਾਗ੍ਰam ਚੈੱਕ ਕਰ ਰਿਹਾ ਸੀ ਭੰਗੜਾ ਬਾ ਕਮਾਲ ਪਾਉਨੇ ਹੋ ਇਹ ਡਬਲ ਟੈਲੈਂਟ ਇਹ ਇਹ ਕਿਵੇਂ ਦੇਖੋ ਜੀ ਇੱਕ ਐਜ਼ ਅ ਐਕਟਰ ਨੂੰ ਲਗਾ ਲੋ ਮੇਰੇ ਖਿਆਲ ਨਾਲ ਡਾਂਸ ਆਣਾ ਇੱਕ ਬਹੁਤ ਜ਼ਰੂਰੀ ਹੈ ਜੇ ਭੰਗੜੇ ਦੀ ਗੱਲ ਕਰੀਏ ਭੰਗੜਾ ਮੇਨਲੀ ਮੈਂ ਤਾਂ ਸ਼ੁਰੂ ਕੀਤਾ ਸੀਗਾ ਕਿਉਂਕਿ ਇੱਕ ਫਿਜ਼ਿਕ ਵਧੀਆ ਰਹਿੰਦੀ ਹੈ ਤੁਹਾਡੀ ਉਤੋਂ ਭੰਗੜਾ ਨੂੰ ਆਪਾਂ ਐਵੇਂ ਕਿਹਾ ਜਾਂਦਾ ਇਹ ਗੱਲ ਮੈਂ ਸਭ ਤੋਂ ਮੋਸਟ ਆਫ ਦਾ ਟਾਈਮ ਕਰਨਾ ਕਿ ਜਾ ਲਗਾ ਲੋ ਭੰਗੜਾ ਕੀਤਾ ਤੇ ਜਿਮ ਦੇ ਵਿੱਚ ਵਰਕਆਊਟ ਕੀਤਾ ਹੈ ਆਪਣਾ ਵਰਕਆਊਟ ਕੀਤਾ ਰੈਨਿੰਗ ਕੀਤੀ ਇੱਕੋ ਬਰਾਬਰ ਹੁੰਦਾ ਤਾਂ ਭੰਗੜਾ ਮੇਰੇ ਵਾਸਤੇ ਬਹੁਤ ਇੰਪੋਰਟੈਂਟ ਹੈ ਈਵਨ ਕਿ ਜੇ ਮੈਂ ਐਜ਼ ਐਕਟਰ ਬਣਨਾ ਚਾਹੁੰਨਾ ਅੱਗੇ ਜਾ ਕੇ ਤਾਂ ਮੈਨੂੰ ਸਾਰੇ ਡਾਂਸ ਫਾਰਮਸ ਜਾਣੇ ਬਹੁਤ ਜ਼ਰੂਰੀ ਨੇ ਹਿਪ ਹੌਪ ਪਾਣਾ ਵੀ ਬਹੁਤ ਜ਼ਰੂਰੀ ਹੈ ਤਾਂ ਹਲੇ ਭੰਗੜੇ ਦੇ ਵਾਸਤੇ ਟਾਈਮ ਲੱਗਿਆ ਸੀ ਤਾਂ ਭੰਗੜਾ ਕਰਦੇ ਆਂ ਸ਼ੌਂਕ ਦੇ ਤੌਰ ਤੇ ਵੀ ਤੇ ਬਸ ਭੰਗੜੇ ਨੂੰ ਵੀ ਅੱਗੇ ਪੁਸ਼ ਕਰਕੇ ਆਪਾਂ ਲੈ ਕੇ ਜਾਣਾ ਕਿਸ ਤੋਂ ਸਿੱਖਿਆ ਕਿਸ ਤੋਂ ਤੁਸੀਂ ਨੇ ਭੰਗੜੇ ਦੇ ਵੇਰੇ ਵੈਸੇ ਤਾਂ ਸਤਾਜ ਜੀ ਜੀਤ ਸਰ ਨੇ आईएफसीसी भंगड़ा एकेडमी बट इक ਲਗਾ ਲੋ ਕਿ papa ਮੇਰੇ ਭੰਗੜੇ ਦੇ ਵਿੱਚ ਬਹੁਤ ਜ਼ਿਆਦਾ ਇਨਕਲੂਡਡ ਸੀਗੇ ਆਪਣੇ ਕਾਲਜ ਟਾਈਮ ਦੇ ਵਿੱਚ ਇਹ ਟਰੋਫੀ ਲੈ ਕੇ ਆਣੀਆ ਭੰਗੜੇ ਦੇ ਵਿੱਚ ਕਾਲਜ ਦੇ ਵਿੱਚ ਭੰਗੜਾ ਪਾਣਾ ਤਾਂ ਇੱਕ ਜੀਨਸ ਮੈਟਰ ਤੇ ਉਧਰੋਂ ਵੀ ਆਪੇ ਇੱਕ ਬੂਸਟ ਆਂਦਾ ਇੰਸਟਾਗ੍ਰam ਵੀ ਕਾਫੀ ਹਾਈ ਰੱਖਿਆ YouTube ਚੈਨਲ ਵੀ ਹਨਾ ਕਿੰਨੇ ਸਬਸਕਰਾਈਬਰ ਕਿੰਨੇ ਹੋਗੇ ਪਹਿਲਾਂ ਆਪਾਂ YouTube ਤੇ ਜੇ ਚਲੋ YouTube ਤੇ ਹੋ ਗਏ 2 ਲੱਖ 20 ਹਜ਼ਾਰ ਸਬਸਕਰਾਈਬਰ YouTube ਸਿਲਵਰ ਪਲੇ ਬਟਨ ਮਿਲ ਗਿਆ ਆ ਆ ਚੁੱਕਿਆ ਹੈ ਜੀ ਫਿਰ ਖੁਸ਼ੀ ਕਿੰਨੀ ਕੁ ਹੋਈ ਵੀ ਆ ਦੇਖੋ ਜੀ ਖੁਸ਼ੀ ਉਹ ਅਲੱਗ ਹੀ ਹੁੰਦੀ ਹੈ ਜਦ ਵੀ ਕੁਝ ਅਚੀਵ ਕਰਦੇ ਆ ਨਾ ਫਿਰ ਲਗਾ ਲੋ ਜਦ ਮੇਨਸ ਥੋੜੀ ਥੋੜੀ ਸਫਲ ਹੁੰਦੀ ਹੈ ਜਿਵੇਂ ਆਪਾਂ ਆਪਣੀ ਵੀ ਗੱਲ ਕਰ ਲਈਏ ਬਾਈ ਜਦ ਵੀ ਕੋਈ ਮੇਨਸ ਸਫਲ ਹੁੰਦੀ ਹੈ ਤਾਂ ਖੁਸ਼ੀ ਸਾਨੂੰ ਹੁੰਦੀ ਹੈ ਬਸ ਖੁਸ਼ੀ ਹੋਈ ਫਿਰ ਕੋਈ ਆਏ ਨਹੀਂ ਕਹਿੰਦਾ ਵੀ ਯਾਰ ਤੂੰ ਕੀ ਤੂੰ ਸਟੱਡੀ ਕਰ ਕੋਈ ਵਧੀਆ ਕਿਸੇ ਚੰਗੀ ਪੋਸਟ ਤੇ ਪਹੁੰਚ ਪੜ੍ਹ ਕੇ ਤੂੰ ਇਹ ਕੀ ਜਿਵੇਂ ਪੁਰਾਣੇ ਬਜ਼ੁਰਗ ਕਈ ਵਾਰ ਕਹਿ ਜਾਂਦੇ ਨੇ ਹੈ ਨਾ ਜਿਨ੍ਹਾਂ ਨੂੰ ਨਹੀਂ ਪਤਾ ਬਜ਼ੁਰਗ ਨੇ ਯਾਰ ਤੂੰ ਕੀ ਤੇਰੇ ਫਾਦਰ ਸਾਹਿਬ ਨੂੰ ਕਹਿ ਜਾਂਦੇ ਹੁਣੇ ਕਈ ਵਰਿੰਦਰ ਇਹ ਕਿੜੇ ਕਮੀ ਪਾਤਾ ਤਾਂ ਜਵਾਕ ਇਹਨੂੰ ਪੜਾ ਲਿਖਾ ਕੇ ਚੰਗੀ ਪੋਸਟ ਤੇ ਬਿਠਾ ਕੇ ਤੇ ਦੇਖੋ ਜੀ ਕਹੀਏ ਤਾਂ ਅਸਲ ਤੋਂ 2-3 ਸਾਲ ਪਹਿਲਾਂ ਤਾਂ ਕਹਿੰਦੇ ਵੀ ਸੀ ਕਾਫੀ ਲੋਕ ਮਗਲਾ ਆਪਣੇ ਰਿਸ਼ਤੇਦਾਰੀ ਦੇ ਵਿੱਚ ਵੀ ਹਲੇ ਕਾਫੀ ਜਾਣੇ ਕਹਿੰਦੇ ਸੀ ਅੱਛਾ ਬਟ ਹੁਣ 3-4 ਸਾਲਾਂ ਦੇ ਵਿੱਚ ਪ੍ਰਸਪੈਕਟਿਵ ਉਹਨਾਂ ਦਾ ਵੀ ਕਾਫੀ ਬਦਲ ਗਿਆ ਹੁਣ ਉਹ ਹੀ ਫੋਟੋਆਂ ਖਿਚਾ ਕੇ ਜਾ ਪਾਉਂਦੇ ਨੇ ਨਾ ਹਾਂਜੀ ਥੋੜਾ ਬਹੁਤ ਚਲੋਖ ਹੁੰਦੀ ਹੈ ਮੈਂ ਇੰਨਾ ਕੁਝ ਕਹੂੰਗਾ ਨਹੀਂ ਕਿਉਂਕਿ ਮੇਰੀ ਉਮਰ ਹਲੇ ਬਹੁਤ ਛੋਟੀ ਹੈ ਜੀ ਮੈਂ ਬਹੁਤ ਜ਼ਿਆਦਾ ਸਿਆਣਾ ਨਹੀਂ ਮੈਨੂੰ ਹਲੇ ਉਹਨਾਂ ਕੁ ਵੀ ਨਹੀਂ ਪਤਾ ਬਾਕੀ ਚਲੋ ਗੋਲਮੋਲ ਕਰ ਗਿਆ ਪੁੱਲਾ ਗੱਲ ਠੀਕ ਅੱਛਾ ਫਿਰ ਵੱਡੇ ਹੋ ਕੇ ਕਿਉਂਕਿ ਹਾਂ ਬਹੁਤ ਛੋਟੀ ਉਮਰ ਆ 15 ਸਾਲ ਦੀ ਉਮਰ ਆ ਵੱਡੇ ਹੋ ਕੇ ਸੁਪਨਾ ਕੀਆ ਮਤਲਬ ਐਕਟਿੰਗ ਲਾਈਨ ਹੀ ਆ ਸਿਰਫ ਇੱਕ ਆਪਣਾ ਗੋਲ ਕਲੀਅਰ ਹੈਗਾ ਜਾਂ ਕੁਝ ਹੋਰ ਵੀ ਬਣ ਸਕਦਾ ਕੁਝ ਹੋਰ ਵੀ ਕਰ ਸਕਦੇ ਹੋ ਦੇਖੋ ਜੀ ਜੇ ਕੁਝ ਐਕਟਿੰਗ ਲਾਈਨ ਦੇ ਵਿੱਚ ਵੀ ਬਣਦੇ ਆ ਮੀਨਲੀ ਮੇਰਾ ਇੱਕ ਆਹ ਸਭ ਤੋਂ ਪਹਿਲਾ ਸੁਪਨਾ ਹੈ ਮੈਂ ਇੱਕ ਚੰਗਾ ਇਨਸਾਨ ਬਣਾ ਮੇਨ ਲਈ ਉਹ ਮੇਰੀ ਸਭ ਤੋਂ ਵੱਡਾ ਮੇਰਾ ਸੁਪਨਾ ਹੈ ਕਿ ਇੱਕ ਚੰਗਾ ਇਨਸਾਨ ਬਣਾ ਜ਼ਮੀਨ ਦੇ ਨਾਲ ਜੁੜੇ ਰਹੀਏ। ਬਾਕੀ ਉਹ ਰੱਬ ਦੇ ਹੱਥ ਦੇ ਵਿੱਚ ਹੈ ਅੱਗੇ ਕਿੱਥੇ ਜਾਣਾ ਹੈ ਬਸ ਇੰਨਾ ਹੈ ਕਿ ਜੇ ਦੁਨੀਆ ਜਿੱਤਣੀ ਹੈ ਤਾਂ ਪਿਆਰ ਨਾਲ ਦੁਨੀਆ ਜਿੱਤਣੀ ਹੈ ਲੋਕਾਂ ਵਾਸਤੇ ਇੱਕ ਇਨਸਪੀਰੇਸ਼ਨ ਬਣਨਾ ਹੈ ਜਿਵੇਂ ਮੈਂ ਹੁਣ ਗੱਲ ਕਰੂੰਗਾ ਕਿ ਅੱਜ ਦੇ ਟਾਈਮ ਦੇ ਵਿੱਚ ਨੌਜਵਾਨ ਪੀੜੀ ਦੀ ਗੱਲ ਕਰਾਂ। ਬਿਲਕੁਲ। ਆਪਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਹੀ ਦੇਖਿਆ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਕਿ ਕਾਫੀ ਯੂਥ ਜਿਹੜਾ ਹੈ ਸਾਡੇ ਪੰਜਾਬ ਦਾ ਨਸ਼ਿਆਂ ਦੇ ਵਿੱਚ ਪੈ ਚੁੱਕੀ। ਬਿਲਕੁਲ। ਨਸ਼ੇ ਲਗਾ ਲੋ ਇੱਕ ਇੰਨੇ ਜ਼ਿਆਦਾ ਇਨਕਰੀਜ਼ ਹੋ ਚੁੱਕਿਆ ਹੈ ਕਿ ਆਪਾਂ ਆਪਣੀ ਜਿਹੜੀ ਸਾਨੂੰ ਵਾਹਿਗੁਰੂ ਜੀ ਨੇ ਲਗਾ ਲੋ ਸਾਨੂੰ ਸ਼ਰੀਰ ਬਖਸ਼ਿਆ ਹੈ ਜਿਹੜਾ ਆਪਾਂ ਇਹਨੂੰ ਇੱਕ ਪੋਜ਼ਿਟਿਵ એનર્ਜੀ ਵੱਲ ਲਗਾਈਏ ਇੱਕ ਕੁਝ ਚੰਗਾ ਕੰਮ ਕਰਕੇ ਵਿਖਾਈਏ ਤਾਂ ਕਿ ਚਾਰ ਲੋਕਾਂ ਦੇ ਵਿੱਚ ਜਦ ਖੜੀਏ ਨਾ ਉਹ ਵੀ ਕਹਿਣ ਕਿ ਹਾਂ ਬਈ ਬੰਦੇ ਨੇ ਕੁਝ ਕਰਕੇ ਵਿਖਾਇਆ ਆਪਾਂ ਦੇਖੋ ਜੀ ਆਪਣੇ ਮਾਪੇ ਨੂੰ ਆਪਣੇ ਘਰਦਿਆਂ ਨੂੰ ਇੱਕ ਪ੍ਰਾਊਡ ਫੀਲ ਕਰਾਈਏ ਕਿਉਂਕਿ ਮੈਂ ਵੀ ਜਦ ਨਿਕਲਦਾ ਨਾ ਮੈਨੂੰ ਵੀ ਪਤਾ ਹੈ ਕਿ ਕੱਲਾ ਮੈਨੂੰ ਕਹਿੰਦੇ ਸੀਗੇ ਕਿ ਮੇਰੇ ਫਾਦਰ ਸਾਹਿਬ ਦਾ ਨਾਮ ਲੈ ਕੇ ਮੇਰੇ ਦਾਦਾ ਜੀ ਦਾ ਨਾਮ ਲੈ ਕੇ ਜਰਨੈਲ ਸਿੰਘ ਜੀ ਤੁਹਾਡਾ ਪੁੱਤ ਹੈ ਵਰਿੰਦਰਪਾਲ ਸਿੰਘ ਜੀ ਤੁਹਾਡਾ ਮੁੰਡਾ ਹੈ ਬਟ ਜਦ ਅੱਜ ਕਹਿੰਦੇ ਆ ਨਾ ਕਿ ਨਿਮਰਤ ਪ੍ਰਤਾਪ ਸਿੰਘ ਦੇ ਫਾਦਰ ਨੇ ਤੁਸੀਂ ਵਾਹ ਅੱਜ ਨਿਮਰਤ ਪ੍ਰਤਾਪ ਸਿੰਘ ਦੇ ਦਾਦਾ ਜੀ ਤਾਂ ਉਹ ਜਿਹੜੀ ਇੱਕ ਅਲੱਗ એનર્ਜੀ ਹੁੰਦੀ ਹੈ ਨਾ ਉਹ ਕਿਵੇਂ ਦੱਸਾਂ ਮੈਨੂੰ ਥੋੜਾ ਸਮਝ ਨਹੀਂ ਆ ਰਿਹਾ ਬਸ ਆਹੀ ਕਹੂੰਗਾ ਕੁਝ ਕਰਕੇ ਵਿਖਾਈਏ ਕੁਝ ਕਰੀਏ ਲਗਾ ਲੋ ਜਿਸ ਸਾਡੇ ਕੋਲ ਸਰੀਰ ਹੈਗਾ ਤੁਸੀਂ ਜਿਹੜੀ ਵੀ ਸੁਪਰ ਪਾਵਰ ਨੂੰ ਮੰਨਦੇ ਹੋ ਤੁਸੀਂ ਮੰਦਰ ਜਾਂਦੇ ਹੋ ਗੁਰਦੁਆਰੇ ਜਾਂਦੇ ਹੋ ਤੁਸੀਂ ਜਿੱਥੇ ਵੀ ਜਾਂਦੇ ਹੋ ਬਸ ਆਪਣੇ ਸੁਪਰ ਪਾਵਰ ਦੇ ਉੱਤੇ ਭਰੋਸਾ ਕਰੋ ਆਪਣੇ ਆਪ ਤੇ ਭਰੋਸਾ ਕਰੋ ਆਪਦੇ ਮਾਵਾ-ਬਾਪ ਨੂੰ ਜੱਫੀ ਪਾਓ ਅਤੇ ਚੰਗਾ ਕੰਮ ਕਰਕੇ ਵਿਖਾਓ ਲੋਕਾਂ ਨੂੰ ਮੈਂ ਬਸ ਇੰਨਾ ਕਹੂੰਗਾ ਤੇ ਮੈਂ ਐਵੇਂ ਦਾ ਹੀ ਬਣਨਾ ਚਾਹੁੰਦਾ ਕਿ ਅੱਗੇ ਜਾ ਕੇ ਲੋਕਾਂ ਨੂੰ ਐਵੇਂ ਇਨਸਪਾਇਰ ਕਰਾਂ ਅੱਛਾ ਨਿਮਰ ਤੁਸੀਂ ਕਾਫੀ ਵੱਡੇ ਵੱਡੇ ਕਲਾਕਾਰਾਂ ਨਾਲ ਹਨਾ ਐਕਟ ਕੀਤਾ ਸਕਰੀਨ ਸ਼ੇਅਰ ਕੀਤੀ ਆ ਦਲਜੀਤ ਉਹ ਨਹੀਂ ਹੋਗੇ ਗਿੱਪੀ ਉਹ ਨਹੀਂ ਹੋਗੇ ਬੱਬਲ ਰਾਏ ਸਾਰੇ ਸਾਰਿਆਂ ਦੇ ਨਾਲ ਤੁਸੀਂ ਨੇ ਕੀਤਾ ਡ੍ਰੀਮ ਕੀ ਆ ਕਿ ਯਾਰ ਮੈਨੂੰ ਚਾਹੇ ਮੇਰਾ 10 ਸੈਕਿੰਡ ਦਾ ਰੋਲ ਹੋਵੇ ਬਸ ਹੋਵੇ ਇਸ ਕਲਾਕਾਰ ਦੇ ਆਪੋਸਿਟ ਚਾਹੇ 10 ਸੈਕਿੰਡ ਦਾ ਹੋਵੇ ਕੋਈ ਚੱਕਰ ਸਾਰਿਆਂ ਦਾ ਹੁੰਦਾ ਮੇਰਾ ਵੀ ਹੈ ਹੈਗਾ ਨਾ ਹਾਂਜੀ ਹੈਗਾ ਕੌਣ ਐਸ ਆਰ ਕੇ ਸਰ ਸ਼ਾਹਰੁਖ ਖਾਨ ਵਾਹ ਹਾਂਜੀ ਯਕੀ ਲਗਾ ਲਓ ਮੇਰੇ ਖਿਆਲ ਨਾਲ ਤੁਸੀਂ ਵੀ ਉਹਨਾਂ ਨੂੰ ਬਚਪਨ ਤੋਂ ਹੀ ਦੇਖਦੇ ਆ ਬਿਲਕੁਲ ਕੋਈ ਸ਼ੱਕ ਨਹੀਂ ਉਹਨਾਂ ਦੀ ਡੀ ਡੀ ਐਲ ਜੇ ਵਰਗੀ ਤੇ ਲਗਾ ਲਓ ਇਹ ਐਵੇਂ ਦੇ ਐਕਟਰਸ ਨੇ ਜਿਨ੍ਹਾਂ ਨੂੰ ਪਾਪਾ ਦੇ ਟਾਈਮ ਤੋਂ ਲਾ ਲਓ ਦੇਖਦੇ ਆਏ ਨੇ ਤੇ ਹਲੇ ਤੱਕ ਵੀ ਉਹ ਲਗਾ ਲਓ ਬੁੜੇ ਨਹੀਂ ਹੋਏ ਉਹ ਹਲੇ ਵੀ ਜਵਾਨ ਨੇ ਕੋਈ ਐਕਟਰਸ ਐਸ ਆਰ ਕੇ ਤਾਂ ਮੇਲ ਐਕਟਰ ਦੇ ਵਿੱਚੋਂ ਕੋਈ ਐਕਟਰਸ ਜਿਹਦੇ ਨਾਲ ਹੋਵੇ ਯਾਰ ਵੀ ਬਸ ਇਹਦੇ ਨਾਲ ਸਕਰੀਨ ਸ਼ੇਅਰ ਇੱਕ ਵਾਰੀ ਹੋ ਜੇ ਕੋਈ ਚੱਕਰ ਨਹੀਂ ਐਕਟਰਸ ਐਵੇਂ ਤਾਂ ਲਗਾ ਲਓ ਕਿ ਸਾਰੀ ਵਧੀਆ ਐਕਟਰਸ ਨੇ ਮਤਲਬ ਕੰਮ ਕਰਨ ਦਾ ਮੌਕਾ ਮਿਲੇ ਤਾਂ ਸਾਰਿਆਂ ਨਾਲ ਹੀ ਮਿਲੇ ਠੀਕ ਹੈ ਬਟ ਇੱਕ ਜਿਹੜਾ ਹੈਗਾ ਕਿ ਦਿਲੋਂ ਅੰਦਰੋਂ ਕਿ ਐਸ ਆਰ ਕੇ ਸਰ ਨਾਲ ਸਕਰੀਨ ਸ਼ੇਅਰ ਕਰਨ ਦਾ ਮੌਕਾ ਮਿਲੇ ਤੇ ਪੰਜਾਬ ਦੇ ਵਿੱਚ ਵੀ ਐਵੇਂ ਦੀ ਫਿਲਮਾਂ ਬਣਨ ਜਿਵੇਂ ਲਗਾ ਲਓ ਕਿ ਸਰਦੀ ਡੀ ਡੀ ਐਲ ਜਦਾ ਮੈਂ ਬਹੁਤ ਵੱਡਾ ਫੈਨ ਆ ਠੀਕ ਹੈ ਤਾਂ ਇੱਕ ਐਵੇਂ ਦੀ ਫਿਲਮ ਬਣੇ ਕਿ ਮੈਂ ਇੱਕ ਐਵੇਂ ਦੀ ਫਿਲਮ ਬਣਾਵਾ ਤੇ ਚੰਗੇ ਪ੍ਰੋਜੈਕਟ ਲੈ ਕੇ ਆਈ ਆ ਆਪਾਂ ਇੰਡਸਟਰੀ ਦੇ ਵਿੱਚ ਕਿ ਲਗਾ ਲਓ ਹੁਣ ਜਿਵੇਂ ਫਿਲਮਾਂ ਨੇ ਬਾਲੀਵੁੱਡ ਦੀ ਫਿਲਮਾਂ ਸਾਊਥ ਦੀ ਫਿਲਮਾਂ ਬਾਹੂਬਲੀ ਵਰਗੀ ਫਿਲਮਾਂ ਸਾਡੇ ਕੋਲ ਪੰਜਾਬ ਦੇ ਕੋਲ ਆਪਣੇ ਕੋਲ ਹਰੀ ਸਿੰਘ ਨਲੂਆ ਵਰਗੇ ਆਪਣੇ ਸੁਪਰ ਹੀਰੋਜ਼ ਨੇ ਬਿਲਕੁਲ ਠੀਕ ਹੈ ਜਨਾਰੀ ਆਪਾਂ ਫਿਲਮਾਂ ਦੇਖ ਰਹੇ ਸਾਡੇ ਪੰਜਾਬ ਕੋਲ ਆਪਣੇ ਆਰਗੇਨਿਕ ਹੀਰੋਜ਼ ਨੇ ਬਿਲਕੁਲ ਤੇ ਮੈਂ ਚਾਹੁੰਦਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਐਵੇਂ ਦੀ ਫਿਲਮਾਂ ਬਣਾਵਾਂ ਤੇ ਆਪਣੇ ਇਤਿਹਾਸ ਦੇ ਲੈ ਕੇ ਫਿਲਮਾਂ ਬਣਾਵਾਂ ਆਪਣੀ ਹਿਸਟਰੀ ਜੋ ਸਾਡੀ ਹਾਂਜੀ ਮੇਨ ਮੇਰਾ ਮੋਟਿਵ ਆਹੀ ਹੈ ਅੱਗੇ ਜਾਣ ਦਾ ਬਿਲਕੁਲ ਅੱਛਾ ਤੁਸੀਂ ਅੱਜ ਤੱਕ 10 ਤੋਂ 12 ਮੂਵੀਜ਼ ਕੀਤੀਆਂ ਨੇ ਵੱਖ-ਵੱਖ ਡਾਇਰੈਕਟਰਸ ਦੇ ਨਾਲ ਹਨਾ ਕੀਤੀਆਂ ਨੇ ਹਾਂਜੀ ਫੇਵਰਟ ਡਾਇਰੈਕਟਰ ਕਿਹੜਾ ਰਿਹਾ ਉਹਦੇ ਵਿੱਚੋਂ ਵੀ ਫੇਵਰਟ ਡਾਇਰੈਕਟਰ ਕੋਈ ਵੀ ਇੱਕ ਨਾਮ ਲੈ ਦੋ ਬਾਕੀ ਵੀ ਚਲੋ ਆਪਣੇ ਫੀਲਡ ਦੇ ਆਪਣੇ ਉਹ ਵੀ ਬੈਸਟ ਨੇ ਹਾਂਜੀ ਹਾਂਜੀ ਸਾਰੇ ਆਪਣੇ ਕੰਮ ਦੇ ਵਿੱਚ ਬੈਸਟ ਨੇ ਮੈਨੂੰ ਜਿਹੜੇ ਲੱਗਦੇ ਨੇ ਬਲਜੀਤ ਸਿੰਘ ਦਿਓ ਸਰ ਬਿਲਕੁਲ ਮੁੱਲ ਲਗਾ ਲਓ ਜੋ ਆਪਾਂ ਦੇਖ ਰਹੇ ਹਾਂ ਨਾ ਕਿ ਜਿੰਨੀ ਇੱਕ ਐਕਟਰ ਦੀ ਮਿਹਨਤ ਕੈਮਰਾ ਦੇ ਸਾਹਮਣੇ ਆਪਾਂ ਥੀਏਟਰ ਦੇ ਵਿੱਚ ਜਾ ਕੇ ਦੇਖਦੇ ਹਾਂ ਉਸ ਤੋਂ ਲਗਾ ਲਓ 19 ਹੀ ਮਿਹਨਤ ਬਲਜੀਤ ਸਿੰਘ ਦਿਓ ਸਰ ਦੀ ਜਦ ਮੈਂ ਮਾੜੇ ਟਾਈਮ ਤੇ ਦੇਖੀ ਸੀ ਨਾ ਕਿ ਆਪੇ ਉੱਠ ਕੇ ਇਕਲਾ ਇਕਲਾ ਕੰਮ ਕਰਨਾ ਇਕਲਾ ਇਕਲਾ ਚੀਜ਼ ਦੇਖਣੀ ਹਰ ਚੀਜ਼ ਫਰੇਮ ਮਤਲਬ ਲਾ ਲਓ ਇੱਕ ਚੀਜ਼ ਹੋਰ ਦੇਖੀ ਸੀ ਕਿ ਬਲਜੀਤ ਸਿੰਘ ਦਿਓ ਸਰ ਐਵੇਂ ਦੇ ਡਾਇਰੈਕਟਰ ਨੇ ਰਾਤ ਨੂੰ ਦਿਨ ਬਣਾਣਾ ਤੇ ਦਿਨ ਨੂੰ ਰਾਤ ਬਣਾਣਾ ਵੀ ਜਾਣਦੇ ਨੇ ਹੂੰ ਟੈਕਨੀਕਲ ਇਦਾਂ ਦੀ ਮਤਲਬ ਟੈਕਨੀਕਲੀ ਵੀ ਇੱਕ ਉਹਨਾਂ ਨੂੰ ਨੋਲੇਜ ਬਹੁਤ ਜ਼ਿਆਦਾ ਹੈ ਇਸ ਕੰਮ ਨੂੰ ਲੈ ਕੇ ਤਾਂ ਬਹੁਤ ਵਧੀਆ ਡਾਇਰੈਕਟਰ ਨੇ ਮਤਲਬ ਲਾ ਲਓ ਮੇਰੇ ਵਨ ਆਫ ਦਾ ਫੇਵਰਿਟ ਡਾਇਰੈਕਟਰ ਨੇ ਤੇ ਸਭ ਤੋਂ ਖੜੂਸ ਡਾਇਰੈਕਟਰ ਮਤਲਬ ਇੱਕ ਵੀ ਹੁੰਦਾ ਨਾ ਵੀ ਯਾਰ ਯਾਰਾ ਕਿੱਥੇ ਆ ਗਏ ਯਾਰ ਹੁਣ ਠੀਕ ਆ ਸ਼ੂਟ ਖਤਮ ਹੋਵੇ ਨਿਕਲ ਜੇ ਠੀਕ ਆ ਚਲੋ ਕੰਮ ਕਰ ਲਿਆ ਨਾਮ ਲੈਣਾ ਪੈਣਾ ਤੁਸੀ ਗੋਲ ਹੋਗੇ ਨਹੀਂ ਨਿਕਲ ਸਕਦੇ ਇਥੇ ਨਾਮ ਤਾਂ ਲੈਣਾ ਪੈਣਾ ਹਾਂਜੀ ਜਵੇਂ ਖੜੂਸਤਾ ਨਹੀਂ ਕਹਿ ਸਕਦੇ ਆਪਾਂ ਬਟ ਇੱਕ ਕੰਮ ਨੂੰ ਲੈ ਕੇ ਹਰ ਚੀਜ਼ ਨੂੰ ਲੈ ਕੇ ਕੰਮ ਦੇ ਟਾਈਮ ਤੇ ਕੰਮ ਹੂੰ ਐਨਜਾਇਮੈਂਟ ਦੇ ਟਾਈਮ ਤੇ ਐਨਜਾਇਮੈਂਟ ਕੌਣ ਨੇ ਅਮਨ ਮੀਤਸ ਹੋਂਦਾ ਬਾਈ ਉਹਨਾਂ ਨਾਲ ਮੈਂ ਫਿਲਮ ਕੀਤੀ ਸੀ ਮੇਰਾ ਬਾਬਾ ਨਾਨਕ ਬਾਈ ਨੂੰ ਲਗਾ ਲੋ ਇੱਕ ਬਹੁਤ ਵਧੀਆ ਡਾਇਰੈਕਟਰ ਨੇ ਬਹੁਤ ਵਧੀਆ ਰਾਈਟਰ ਤੇ ਐਕਟਰ ਨੇ ਉਹ ਲਗਾ ਲਓ ਇੱਕ ਪਾ ਕਿਹਾ ਤਾਂ ਉਹਨਾਂ ਦੇ ਸਿਰ ਤੇ ਕਾਫੀ ਮਜਬੂਰੀਆਂ ਵੀ ਰਹਿਣੀਆਂ ਨੇ ਕਿ ਹਰ ਚੀਜ਼ ਨੂੰ ਮੈਂ ਹੀ ਦੇਖ ਕੇ ਚੱਲਣਾ ਤੇ ਬਾਈ ਨੂੰ ਚਿੱਲ ਦੇ ਟਾਈਮ ਤੇ ਚਿੱਲ ਕਰਨਾ ਪੂਰਾ ਬਟ ਕੰਮ ਦੇ ਟਾਈਮ ਤੇ ਕੰਮ ਕਰਨਾ 골ਮੋਲ ਦਾ ਜਵਾਬ ਦੇਗਾ ਨਹੀਂ ਨਹੀਂ 골ਮੋਲ ਦਾ ਜਵਾਬ ਨਹੀਂ ਦਿੰਦਾ ਕਿਉਂਕਿ ਖੜੂਸ ਤਾਂ ਐਵੇਂ ਹੁੰਦਾ ਤਾਂ ਕੋਈ ਵੀ ਨਹੀਂ ਹੁੰਦਾ ਹਾਂਜੀ ਕਿਉਂਕਿ ਜੇ ਇਸ ਲਾਈਨ ਦੇ ਵਿੱਚ ਜਾਣਾ ਤਾਂ ਖੜੂਸ ਤਾਂ ਮੇਰੇ ਖਿਆਲੋਂ ਉਹਨਾਂ ਕੋਈ ਵੀ ਨਹੀਂ ਹੈ ਆਉਣ ਵਾਲੇ ਪ੍ਰੋਜੈਕਟ ਕੀ ਨੇ ਨਿਮਰਤ ਹੁਣ ਮੈਂ ਇਸ ਇੰਟਰਵਿਊ ਦੀ ਸਮਾਪਤੀ ਵੱਲ ਜਾਣਾ ਆਉਣ ਵਾਲੇ ਪ੍ਰੋਜੈਕਟ ਕਿਹੜੇ ਕਿਹੜੇ ਨੇ ਆਉਣ ਵਾਲੇ ਪ੍ਰੋਜੈਕਟ ਦੇਖੋ ਜੀ ਇੱਕ ਤਾਂ ਫਿਲਮ ਲੈ ਕੇ ਆ ਰਹੇ ਆ ਜੀ ਫਰਦੋਸ ਇਹ ਅਮਨ ਮੀਤ ਤੋਂ ਹੁੰਦਾ ਬਈ ਉਹਨਾਂ ਦੀ ਹੈ ਫਰਦੋਸ ਕਾਫੀ ਡਿਫਰੈਂਟ ਪ੍ਰੋਜੈਕਟ ਆਉਣ ਵਾਲਾ ਇੰਡਸਟਰੀ ਦੇ ਵਿੱਚ ਲੈ ਕੇ ਤੇ ਕਾਫੀ ਬਾਲੀਵੁੱਡ ਦੇ ਪ੍ਰੋਜੈਕਟ ਵੀ ਆਉਣ ਵਾਲੇ ਨੇ ਛੇਤੀ ਆਡੀਸ਼ਨਸ ਵਗੈਰਾ ਸਭ ਗਏ ਹੋਏ ਨੇ ਕਾਫੀ ਤਾਂ ਡਨ ਵੀ ਨੇ ਮਤਲਬ ਹੁਣ ਜਲਦੀ ਫਿਰ ਮੁੰਬਈ ਚ ਨਹੀਂ ਮੁੰਬਈ ਵੀ ਬਟ ਰਹਿਣਾ ਪੰਜਾਬ ਨੂੰ ਵੀ ਅੱਗੇ ਲੈ ਕੇ ਜਾਣਾ ਆਪ ਲੈ ਕੇ ਪੰਜਾਬ ਨੂੰ ਵੀ ਅੱਗੇ ਲੈ ਕੇ ਜਾਣਾ ਪੰਜਾਬ ਨਹੀਂ ਛੱਡਣਾ ਪੰਜਾਬ ਨਹੀਂ ਛੱਡਣਾ ਪੰਜਾਬ ਨੂੰ ਲਾਲ ਲੈ ਕੇ ਜਾਣਾ ਵਾਹ ਜੀ ਵਾਹ ਬਹੁਤ ਸ਼ੁਕਰੀਆ ਨਿਮਰਤ ਥੈਂਕ ਯੂ ਹਾਂਜੀ ਬਹੁਤ ਬਹੁਤ ਥੈਂਕ ਯੂ ਬਈ ਸੋ ਉਮਰ ਬੇਸ਼ੱਕ 15 ਸਾਲ ਦੀ ਆ ਪਰ ਜਿੱਥੇ ਉਹ ਮਕਾਮ ਹਾਸਲ ਕਰ ਰਿਹਾ ਜਿਹੜਾ ਇੱਕ ਕਾਮਯਾਬ ਐਕਟਰ ਬਣੁੰਦਾ ਆ ਇੱਕ ਪਹਿਲਾ ਸੁਪਨਾ ਹੁੰਦਾ ਉਸ ਨੂੰ ਇਹ ਨੌਜਵਾਨ ਆਪਣੀ ਕਾਮਯਾਬੀ ਦੀ ਪਹਿਲੀ ਪੌੜੀ ਕਹਿ ਰਿਹਾ ਉੱਥੇ ਹੀ ਅੱਜ ਦੀ ਨੌਜਵਾਨੀ ਨੂੰ ਵੱਡਾ ਸੰਦੇਸ਼ ਦਿੱਤਾ ਹੈ ਕਿ ਆਪਣੇ ਮਾਪਿਆਂ ਦੀ ਇੱਜ਼ਤ ਕਰੋ ਆਪਣੇ ਗੋਲ ਨੂੰ ਆਪਣੇ ਮਿਸ਼ਨ ਨੂੰ ਚੇਸ ਕਰੋ ਇੱਕ ਦਿਨ ਕਾਮਯਾਬੀ ਜ਼ਰੂਰ ਮਿਲੋਗੇ ਧੰਨਵਾਦ